ਜਸ ਕਲ ਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਾਈਟ ਲਾਈਵ ਫਰੋਮ ਨਿਊਯਾਰਕ। ਬਹੁਤ ਸੋਹਣਾ ਦਿਨ ਹੈ ਨਿਊਯਾਰਕ ਦੇ ਵਿੱਚ, ਔਰ ਅਸੀਂ ਇੱਥੇ ਬੈਠੇ ਹਾਂ ਆਪਣੇ ਮਨਪਸੰਦ ਲੋਕਾਂ ਨਾਲ ਬੈਠ ਕੇ ਗੱਲਾਂ ਕਰਨ ਵਾਸਤੇ। ਔਰ ਯੂ ਨੋ, ਜਿਸ ਤਰ੍ਹਾਂ ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀ, ਆਈ ਹੈਵ ਅ ਵੈਰੀ ਸਪੈਸ਼ਲ ਗੈਸਟ ਔਨ ਸ਼ੋਅ ਟੂਡੇ। ਪਲੀਜ਼ ਵੈਲਕਮ ਮਿਸਟਰ ਰਾਜਾ ਭੰਡਾਰੀ। ਇਹ ਅਟਰਨੀ ਨੇ ਜੀ, ਬਿਲਕੁਲ, ਐਂਡ ਹੀ ਸਪੈਸ਼ਲਾਈਜ਼ਸ ਇਨ ਵਿਲਸ ਐਂਡ ਟਰੱਸਟ। ਸੋ ਥੈਂਕ ਯੂ ਸੋ ਮਚ ਫੋਰ ਕਮਿੰਗ ਰਾਜਾ ਜੀ। ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ, ਔਰ ਜਸ ਪੰਜਾਬੀ ਦੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫੋਰ ਕਮਿੰਗ ਹੇਅਰ, ਬਿਕੋਜ਼ ਤੁਸੀਂ ਆਪਣਾ ਟਾਈਮ ਕੱਢ ਕੇ ਇੰਨੀ ਦੂਰੋਂ ਡੀਸੀ ਤੋਂ ਇੱਥੋਂ ਆਏ ਹੋ, ਜਸਟ ਬਿਕੋਜ਼ ਤੁਸੀਂ ਆਪਣੇ ਪਰਿਵਾਰ ਨੂੰ ਐਜੂਕੇਟ ਕਰਨਾ ਚਾਹੁੰਦੇ ਹੋ। ਐਂਡ ਬੜੀ ਵਾਰੀ ਅਸੀਂ ਇਸ ਚੀਜ਼ ਬਾਰੇ ਗੱਲ ਕੀਤੀ ਹੈ, ਪਰ ਸਾਨੂੰ ਕੋਈ ਸਪੈਸ਼ਲਿਸਟ ਚਾਹੀਦਾ ਹੁੰਦਾ ਜਿਹੜਾ ਸਾਡੇ ਸਵਾਲਾਂ ਦਾ ਜਵਾਬ ਦੇ ਸਕੇ। ਬਿਲਕੁਲ, ਇਹ ਅੱਜ ਕੱਲ੍ਹ ਜਿਹੜਾ ਮੁੱਦਾ ਹੈ ਇਹ ਬਹੁਤ ਹੀ ਖਾਸ ਹੈ ਜੀ, ਕਿਉਂਕਿ ਵਿਲ ਅਤੇ ਟਰੱਸਟ ਹੋਣਾ ਇਸ ਕੰਟਰੀ ਦੇ ਵਿੱਚ ਨੈਸੈਸਿਟੀ ਬਣ ਚੁੱਕਿਆ ਹੈ, ਲਗਜ਼ਰੀ ਨਹੀਂ ਹੈ ਐਨੀਮੋਰ। ਔਰ ਜਿਹੜੀ ਵੀ ਮੈਂ ਅੱਜ ਗੱਲ ਕਰਾਂਗਾ, ਆਫਕੋਰਸ ਯੂ ਹੈਵ ਟੂ, ਇਹ ਸਿਰਫ ਅਵੇਅਰਨੈਸ ਲਈ ਹੈ, ਇਹ ਲੀਗਲ ਐਡਵਾਈਸ ਨਹੀਂ ਹੈ। ਫੋਰ ਲੀਗਲ ਐਡਵਾਈਸ ਪਲੀਜ਼ ਕੰਸਲਟ ਐਨ ਅਟਰਨੀ ਆਫ ਯੋਰ ਚੋਇਸ ਇਨ ਯੋਰ ਪਰਟੀਕੁਲਰ ਸਟੇਟ। ਸੋ ਵੀ ਵਿਲ ਬੀ ਟਾਕਿੰਗ ਵੈਰੀ ਜਨਰਲ, ਬਟ ਵੀ ਵਿਲ ਬੀ ਮੇਕਿੰਗ ਦੈਮ ਅਵੇਅਰ। ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਅਵੇਅਰ ਕਰਾਵਾਂਗੇ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂਗੇ ਕਿ ਵਿਲ ਕੀ ਹੈ, ਟਰੱਸਟ ਕੀ ਹੈ, ਕਿਉਂ ਹੋਣੀ ਚਾਹੀਦੀ ਹੈ, ਕਿਉਂ ਨਹੀਂ ਹੋਣੀ ਚਾਹੀਦੀ। ਫੰਡਰ ਸਾਹਿਬ, ਜਿਵੇਂ ਅਸੀਂ ਆਫ ਸ਼ੋਅ ਵੀ ਤੁਹਾਡੇ ਨਾਲ ਗੱਲ ਕਰ ਰਹੇ ਸੀ, ਔਰ ਬੜੀ ਵਾਰੀ ਯੂ ਨੋ ਆਪਣੇ ਇਰਦ ਗਿਰਦ ਇੰਨਾ ਕੁਛ ਹੋ ਰਿਹਾ ਹੈ, ਇਟਸ ਸੈਡ ਕਿ ਵੀ ਡੋਂਟ ਟਾਕ ਅਬਾਊਟ ਡੈਥ ਫਸਟ ਆਫ ਆਲ। ਦੂਜਾ ਮੈਨੂੰ ਕੁਛ ਲੱਗਦਾ ਹੈ, ਕਿਉਂਕਿ ਮੇਰੇ ਜਾਣ ਪਛਾਣ 'ਚ ਬੜੀ ਯੰਗਰ ਏਜ ਦੇ ਵਿੱਚ ਨਾ ਬੰਦੇ ਜਿਵੇਂ ਕਹਿੰਦੇ ਨਾ ਵਾਹਿਗੁਰੂ ਨੂੰ ਚੱਲੀ ਜਾ ਰਹੇ ਨੇ, ਸੋ ਧਿਆਨ ਇਹ ਆਉਂਦਾ ਇੱਕ ਵਾਰੀ ਕਿ ਇਹ ਸਾਰਾ ਕੁਛ ਹੋਈ ਜਾ ਰਿਹਾ, ਅਸੀਂ ਇੰਨੇ ਪਲਾਨ ਕਰਦੇ ਹਾਂ ਯੂ ਨੋ ਇੰਜ ਹੋਏਗਾ, ਬੱਚਿਆਂ ਵਾਸਤੇ ਕਰਾਂਗੇ, ਬਟ ਕਈ ਵਾਰੀ ਮੌਕਾ ਮਿਲਦਾ, ਕਈ ਵਾਰ ਨਹੀਂ ਮਿਲਦਾ, ਅਤੇ ਜ਼ਰੂਰ ਇਹ ਕੰਸਰਨ ਮੇਰਾ ਰਹਿੰਦਾ, ਇਹਦਾ ਮਤਲਬ ਸਾਰੇ ਹੋਰ ਬੰਦਿਆਂ ਦਾ ਵੀ ਰਹਿੰਦਾ ਹੋਣਾ ਕਿ ਕਰੀਏ ਕੀ, ਯੂ ਨੋ ਇਫ ਵੀ ਗੋ ਜਸਟ ਅਨਪ੍ਰਪੇਅਰਡ ਵਾਟ ਵਿਲ ਹੈਪਨ। ਦੇਖੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਮੈਰੀਕਾ ਦੇ ਵਿੱਚ ਲੋਕ ਆਪਣੇ ਫਿਊਨਰਲ ਦੀ ਜਗ੍ਹਾ ਚੁਣ ਲੈਂਦੇ ਨੇ, ਜਗ੍ਹਾ ਲੈ ਲੈਂਦੇ ਨੇ ਸ਼ੁਰੂ ਤੋਂ ਲੈ ਕੇ, ਕਿਉਂਕਿ ਉਹਨਾਂ ਨੂੰ ਪਤਾ ਇਹ ਸਫ਼ਰ ਹੈ ਜ਼ਿੰਦਗੀ ਦਾ, ਔਰ ਇਹ ਸਫ਼ਰ ਇੱਕ ਦਿਨ ਖਤਮ ਹੋਣਾ, ਕਿਸੇ ਨਾ ਕਿਸੇ ਦਾ ਇਹ ਨਹੀਂ ਹੋ ਸਕਦਾ ਕਿ ਕੋਈ ਬਚ ਜਾਏਗਾ, ਸਭ ਨੇ ਜਾਣਾ। ਤਾਂ ਇਸ ਕਰਕੇ ਅਸੀਂ ਦਿਨ ਰਾਤ ਕੰਮ ਕਰਦੇ ਰਹਿੰਦੇ, ਬੱਚਿਆਂ ਲਈ ਕੰਮ ਕਰਦੇ ਹਾਂ, ਆਪਣੇ ਲਈ ਕੰਮ ਕਰਦੇ ਹਾਂ, ਲੇਕਿਨ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰਦੇ, ਨਾ ਹੀ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰਦੇ ਹਾਂ। ਤੁਸੀਂ ਜੇ ਇਸ ਦੇ ਬਾਰੇ, ਇਹ ਹੈ ਥੋੜ੍ਹਾ ਜਿਹਾ ਸਕੇਰੀ ਪਰਟੀਕੁਲਰ, ਸਾਡੀ ਜਿਹੜੀ ਇਹ ਪ੍ਰੈਕਟਿਸ ਹੈ, ਇਹ ਜਸਟ ਲਾਈਕ ਏ ਡਾਕਟਰ, ਸਾਨੂੰ ਹੋਸਪਿਟਲ ਤੋਂ ਕਾਲਸ ਆਉਂਦੀਆਂ, ਘਰੋਂ ਕਾਲ ਆਉਂਦੀਆਂ ਕਿ ਜੀ ਬੰਦਾ ਬਿਮਾਰ ਹੋ ਗਿਆ, ਹੁਣ ਬੋਲ ਨਹੀਂ ਸਕਦਾ, ਵਿਲ ਬਣਾ ਦਿਓ ਕੁਛ। ਉਸ ਵੇਲੇ ਕੁਛ ਨਹੀਂ ਹੋ ਸਕਦਾ, ਕਿਉਂਕਿ ਵਿਲ ਬਣਾਉਣ ਦੇ ਲਈ ਯੂ ਹੈਵ ਟੂ ਹੈਵ ਏ ਸਟੇਟ ਆਫ ਮਾਇੰਡ, ਯੂ ਹਾਂਜੀ ਯੂ ਹੈਵ ਟੂ ਹੈਵ ਇਨ ਸੈਂਸਿਸ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਰ ਕੀ ਰਹੇ ਹੋ, ਸਾਈਨ ਕੀ ਕਰ ਰਹੇ ਹੋ, ਉਹ ਤੁਹਾਡਾ ਕੋਈ ਨੋਟ ਹੀ ਨਹੀਂ ਨੋਟਰਾਈਜ਼ ਕਰੇਗਾ, ਕਿਉਂਕਿ ਜੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਕਰ ਰਹੇ ਹੋ। ਇਸ ਕਰਕੇ ਸਹੀ ਟਾਈਮ ਇਹ ਹੈ ਕਿ ਜਿਸ ਵੇਲੇ ਤੁਸੀਂ ਕੰਮ ਕਰਨ ਲੱਗ ਜਾਂਦੇ ਹੋ, ਆਪਣੇ ਬੱਚਿਆਂ ਨੂੰ ਖਾਣਾ ਖਿਲਾਉਂਦੇ ਹੋ, ਸਭ ਕੁਛ ਕਰਦੇ ਹੋ, ਇਹ ਵੀ ਇੱਕ ਪਾਠ ਬਣ ਜਾਣਾ ਚਾਹੀਦਾ ਜ਼ਿੰਦਗੀ ਦਾ। ਕਿਉਂਕਿ ਮੈਨੂੰ ਪਤਾ ਹੈ, ਮੈਂ ਜਿਸ ਵੇਲੇ 25 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਸੀ, ਲੋਕਾਂ ਨੂੰ ਲੈਕਚਰ ਦੇਣੇ, ਸੈਮੀਨਾਰ ਤੇ ਜਾਣੇ, ਉਸ ਵੇਲੇ ਲੋਕ ਕਹਿੰਦੇ ਸੀ ਮੌਤ ਦੀ ਗੱਲ ਨਾ ਕਰਿਆ ਕਰੋ, ਇਹ ਚੰਗੀ ਗੱਲ ਨਹੀਂ ਹੈ, ਸਾਡੇ ਕਲਚਰ 'ਚ ਹੈਗਾ, ਅਸੀਂ ਉਸ ਚੀਜ਼ ਨੂੰ ਥੋੜਾ ਮਾੜਾ ਮੰਨਦੇ ਆ। ਔਰ ਗੱਲਬਾਤ ਦੇ ਵਿੱਚ ਅਸੀਂ ਅਕਸਰ ਇਸ ਬਾਰੇ ਗੱਲ ਕਰਦੇ ਆ ਕਿ ਭਾਵੇਂ ਇਸ ਤਰ੍ਹਾਂ ਹੀ ਜਾਂ ਕੋਈ ਹੋਰ ਯੂ ਨੋ ਮੁੱਦਾ ਉਹਦੇ ਅਰਾਊਂਡ ਕਿ ਡੈਥ ਇਜ਼ ਇਨੇਵਿਟੇਬਲ, ਤੁਸੀਂ ਕਿਹਾ ਬਿਲਕੁਲ ਸਹੀ, ਉਹਨੂੰ ਝੁਟਲਾਇਆ ਤੇ ਜਾ ਨਹੀਂ ਸਕਦਾ, ਸੋ ਪ੍ਰਿਪੇਅਰ ਹੋਣਾ ਥੋੜਾ ਬੈਟਰ ਹੀ ਹੈ, ਬਿਲਕੁਲ, ਰਾਦਰ ਦੈਨ ਥੋੜਾ ਨਹੀਂ ਬਹੁਤ ਸਾਰਾ ਜ਼ਿਆਦਾ ਬੈਟਰ ਹੈ। ਕਿਉਂਕਿ ਰੀਜ਼ਨ ਕੀ ਹੈ ਕਿ ਜਿਸ ਵੇਲੇ ਤੁਸੀਂ ਇਹ ਡਾਕੂਮੈਂਟ ਨਹੀਂ ਬਣਾਉਂਦੇ ਤਾਂ ਤੁਹਾਡੇ ਬੱਚੇ ਬਹੁਤ ਸਫ਼ਰ ਕਰਦੇ ਆ, ਤੁਹਾਡੇ ਘਰ ਵਾਲੇ ਸਫ਼ਰ ਕਰਦੇ ਆ। ਦੇਖੋ ਨਾ, ਕਈ ਐਸੇ ਲੇਡੀਜ਼ ਨੇ ਜਿਨ੍ਹਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ ਕਿ ਫਾਈਨਾਂਸ ਹੈ ਕੀ, ਚੱਲ ਕੀ ਰਿਹਾ, ਕਿਉਂਕਿ ਸਾਡੇ ਆਦਮੀ ਲੋਕ ਜਿਹੜੇ ਹੈ ਉਹ ਸਾਰੀ ਰਿਸਪੋਂਸੀਬਿਲਟੀ ਲੈਂਦੇ ਨੇ, ਦਿਨ ਰਾਤ ਕੰਮ ਕਰਦੇ ਨੇ ਸਾਰਾ, ਲੇਕਿਨ ਜੇ ਖੁਦਾ ਨਾ ਖਾਸਤਾ ਉਹਨਾਂ ਨੂੰ ਕੁਛ ਹੋ ਜਾਏ, ਫਿਰ ਉਹ ਲੇਡੀਜ਼ ਨੂੰ ਕੁਛ ਵੀ ਨਹੀਂ ਪਤਾ ਕਿ ਹਾਓ ਦੇ ਕੈਨ ਪ੍ਰੋਸੀਡ ਓਵਰ ਦੇਅਰ। ਉਹ ਫਿਰ ਕੀ ਹੁੰਦਾ, ਫਿਰ ਜਿਹੜੇ ਸਾਡੇ ਵਰਗੇ ਅਟਰਨੀ ਨੇ ਓਬਵੀਅਸਲੀ ਦੇ ਬਿਕਮ ਰਿਚ। ਦੇਖੋ ਸਿੱਧੀ ਜੀ ਗੱਲ ਹੈ, ਕਿਉਂਕਿ ਜੇ ਤੁਸੀਂ ਠੀਕ ਤਰ੍ਹਾਂ ਤਾਂ ਨਹੀਂ ਕਰੋਗੇ ਤਾਂ ਜਿਹਦੇ ਕੋਲ ਵੀ ਜਾਓਗੇ ਅਟਰਨੀ ਤਾਂ ਫਿਰ ਤੁਹਾਨੂੰ ਚਾਰਜ ਕਰੇਗਾ, ਔਰ ਲੈਗਨ ਆਰਮ ਚਾਰਜ ਕਰੇਗਾ, ਖੜੇ ਪੈਰ ਜਦੋਂ ਤੁਸੀਂ ਕੋਈ ਸਿਚੁਏਸ਼ਨ ਲੈ ਕੇ ਜਾਂਦੇ ਹੋ। ਔਰ ਇਹ ਹੋਣਾ ਨਹੀਂ ਚਾਹੀਦਾ, ਮੈਂ ਇਹੀ ਮੇਰੀ ਐਜੂਕੇਸ਼ਨ ਦਾ ਪਾਰਟ ਹੈ ਕਿ ਮੈਂ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਾਂ, ਉਹਨਾਂ ਨੂੰ ਅਵੇਅਰ ਕਰਾਵਾਂ
ਤੁਸੀਂ ਕਿਸੇ ਤੋਂ ਬਣਵਾਓ ਜਿਹੜਾ ਤੁਹਾਨੂੰ ਪਸੰਦ ਹੈ, ਜਿਹਦੇ 'ਤੇ ਤੁਸੀਂ ਟਰੱਸਟ ਕਰਦੇ ਹੋ, ਲੇਕਿਨ ਬਣਾਓ ਜ਼ਰੂਰ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਬੱਚਿਆਂ ਨੂੰ ਪ੍ਰੋਟੈਕਟ ਕਰੋ। ਨਹੀਂ ਡਾਕਟਰ ਸਾਹਿਬ ਬਹੁਤ, ਔਰ ਮੈਂ ਸਾਰਿਆਂ ਨੂੰ ਵੀ ਰਿਕੁਐਸਟ ਕਰਾਂਗੀ ਕਿ ਅੱਜ ਅਸੀਂ ਯੂ ਨੋ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ, ਬੜੇ ਸਾਰੇ ਧਿਆਨ 'ਚ ਮੇਰੇ ਹੈਗੇ ਹੈ ਔਰ ਕਈ ਵਾਰੀ ਬੜੇ ਕਲੋਜ਼ ਫਰੈਂਡਸ, ਇੱਕ ਬੇਸਿਕਲੀ ਇੰਡੀਆ ਹੋਇਆ ਸੀ, ਫਰੈਂਡ ਦੀ ਫਰੈਂਡ ਹੈ ਪਰ ਮੈਨੂੰ ਵੀ ਬੜੀ ਅੱਛੀ ਤਰ੍ਹਾਂ ਜਾਣਦੀ ਹੈ, ਬੜੇ ਮਾੜੇ ਐਕਸੀਡੈਂਟ ਦੇ ਵਿੱਚ ਦੋਨੋਂ ਬੰਦੇ ਰਸਤੇ 'ਚ ਯੂ ਨੋ ਪੂਰੇ ਹੋ ਗਏ ਕਿਸੇ ਆਇਆ, ਐਂਡ ਤਿੰਨੋਂ ਮਾਈਨਰ ਬੱਚੇ ਸੀ। ਸੋ ਉਸ ਤਰ੍ਹਾਂ ਦਾ ਇੱਕਦਮ ਫਸਟ ਧਿਆਨ ਇਹੀ ਆਉਂਦਾ ਕਿ ਬੱਚਿਆਂ ਦਾ ਕੀ ਹੋਏਗਾ। ਸੋ ਆਈ ਵਿਲ ਡੈਫੀਨੇਟਲੀ ਵਾਂਟ ਕਿ ਇਸ ਤਰ੍ਹਾਂ ਦੇ ਭੰਡਾਰੀ ਸਾਹਿਬ ਯੂ ਨੋ ਸਵਾਲ ਸਾਡੇ ਥੋੜ੍ਹੇ ਕਲੀਅਰ ਕਰਨਗੇ। ਐਂਡ ਪਿੱਛੇ ਹਾਲ ਵਿੱਚ ਇੱਥੇ ਇੱਕ ਕਲੋਜ਼ ਫੈਮਿਲੀ ਹੈ ਜਿਹਦੇ ਵਿੱਚ ਸੁੱਤੇ ਸੁੱਤੇ ਜਿਹੜੇ ਮੈਨ ਆਫ ਦਾ ਫੈਮਿਲੀ ਹੈ ਉਹ ਚਲੇ ਗਏ। ਸੋ ਬੱਚੇ ਅਡਲਟ ਵੀ ਸੀਗੇ, ਮਾਈਨਰ ਵੀ ਸੀਗੇ, ਪਰ ਉਹਨਾਂ ਦਾ ਕੀ ਹੋਣਾ ਚਾਹੀਦਾ ਹੈ, ਉਹਨਾਂ ਦੀ ਵਿਲ ਨਹੀਂ ਸੀ, ਕੁਛ ਵੀ ਨਹੀਂ ਸੀ। ਮੈਂ ਤੁਹਾਨੂੰ ਇੱਕ ਰੀਅਲ ਕੇਸ ਦੱਸਦਾ ਵਰਜੀਨੀਆ ਦਾ। ਜੀ, ਹਸਬੈਂਡ ਐਂਡ ਵਾਈਫ ਵੈਰੀ ਯੰਗ, ਜੀ, ਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਦੋ ਬੱਚੇ ਸੀਗੇ ਮਾਈਨਰ, ਉਹਨਾਂ ਨੂੰ ਫੋਸਟਰ ਹੋਮ ਵਾਲੇ ਲੈ ਗਏ। ਅੱਛਾ, ਉਹਨਾਂ ਦੇ ਗ੍ਰੈਂਡ ਪੇਰੈਂਟਸ ਆਏ, ਉਹਨਾਂ ਨੂੰ ਦੇਖਣ ਤੱਕ ਨਹੀਂ ਦਿੱਤਾ, ਉਹ ਕਹਿੰਦੇ ਗਾਰਡੀਅਨਸ਼ਿਪ ਲੈ ਕੇ ਆਓ। ਫਿਰ ਅੰਬੈਸੀ ਗਾਟ ਇਨਵੋਲਵ, ਗਾਰਡੀਅਨਸ਼ਿਪ ਲਿੱਤੀ ਜਿਹਦੇ 'ਤੇ ਕਾਫੀ ਪੈਸੇ ਖਰਚ ਹੋਏ, ਫਿਰ ਜਾ ਕੇ ਉਹਨਾਂ ਨੇ ਬੱਚਿਆਂ ਨੂੰ ਉਹਨਾਂ ਨੂੰ ਸੌਂਪਿਆ, ਫਿਰ ਉਹ ਲੈ ਕੇ ਇੰਡੀਆ ਦੇ ਵਿੱਚ ਗਏ ਵਾਪਸ। ਸੋ ਯੂ ਕੈਨ ਇਮੇਜਿਨ ਟਰੌਮਾ ਤੇ ਫਿਰ ਬੱਚਿਆਂ ਵਾਸਤੇ ਸੋਚੋ ਕਿੰਨਾ ਟਰੌਮਾ। ਯੂ ਕੈਨ ਇਮੇਜਿਨ ਦੈਟ ਕਿ ਜੇ ਤੁਸੀਂ ਇਹ ਡਾਕੂਮੈਂਟ ਨਹੀਂ ਬਣਾਉਂਦੇ ਤਾਂ ਤੁਹਾਡਾ ਕੋਈ ਬੱਚਿਆਂ ਦਾ ਗਾਰਡੀਅਨ ਨਹੀਂ ਹੈ। ਕਿਉਂਕਿ ਹਾਂਜੀ ਗਾਰਡੀਅਨ ਅਗਰ ਕਿਆ ਨਹੀਂ ਹੋਇਆ ਤੇ ਨਹੀਂ। ਹਾਂ ਦੇਖੋ ਨਾ, ਇੱਕ ਜੇ ਤੁਸੀਂ ਵਿਲ ਨਹੀਂ ਬਣਾਈ ਜਾਂ ਟਰਸਟ ਨਹੀਂ ਬਣਾਇਆ ਤਾਂ ਤੁਸੀਂ ਦੇਖੋ, ਜਿਹੜੇ ਨੋਰਮਲ ਗਾਰਡੀਅਨ ਹੈ ਨਾ ਉਹ ਮਦਰ ਐਂਡ ਫਾਦਰ ਹੈ ਜੀ। ਸਾਡੇ ਆਪਣਾ ਬੈਕ ਹੋਮ ਕੀ ਹੁੰਦਾ ਕਿ ਚਾਚੇ ਨੇ ਪਾਲਤਾ ਜੇ ਕੁਛ ਇਸ ਤਰ੍ਹਾਂ ਹੋ ਗਿਆ, ਮਾਮੇ ਨੇ ਪਾਲਤਾ, ਲੇਕਿਨ ਹਾਂਜੀ ਦਾਦਾ ਦਾਦੀ, ਲੇਕਿਨ ਇੱਥੇ ਨਹੀਂ ਹੈ। ਇੱਥੇ ਤੁਹਾਨੂੰ ਪਤਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਪੇਰੈਂਟਸ ਨਹੀਂ ਹੈ, ਤੁਹਾਡੇ ਪੜੋਸੀ ਹੀ ਸ਼ਿਕਾਇਤ ਕਰ ਦੇਣਗੇ, ਉਹ ਫਸਟ ਹੋਮ ਵਾਲੇ ਲੈ ਜਾਣਗੇ। ਬਿਕੋਜ਼ ਦਿਸ ਇਜ਼ ਦੇਖੋ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸਕੇਰੀ ਚੀਜ਼ਾਂ ਹੈ, ਲੇਕਿਨ ਇਸ ਨੂੰ ਤੁਸੀਂ ਨੋ ਬਟ ਕਰ ਸਕਦੇ ਹੋ ਨਾ ਕਿ ਪਤਾ ਹੋਏ। ਬਿਲਕੁਲ, ਇਟਸ ਵੈਰੀ ਇੰਪੋਰਟੈਂਟ ਬਿਕੋਜ਼ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਾਡੀ ਅਸੀਂ ਜਿਵੇਂ ਇੰਡੀਆ 'ਚ ਜੋ ਸੀਗਾ ਇੱਥੇ ਅਸੀਂ ਸੋਚਦੇ ਹਾਂ ਓਬਵੀਅਸਲੀ ਉਂਝ ਹੀ ਹੋਏਗਾ, ਉਹ ਮਾਈਂਡਸੈਟ ਹੈ ਸਾਡਾ, ਮਾਈਂਡਸੈਟ ਹੈਗਾ ਉਹ, ਇਹਦਾ ਮਤਲਬ ਨਹੀਂ ਹੈ, ਇਟਸ ਨਾਟ ਦ ਸੇਮ। ਨਹੀਂ ਜੀ, ਇੱਥੇ ਜਿਸ ਤਰ੍ਹਾਂ ਜੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈ, ਦੇਖੋ ਆਪਾਂ ਹੁਣ ਵਿਲ ਦੀ ਗੱਲ ਕਰਦੇ ਹਾਂ ਸਭ ਨਾਲੋਂ ਪਹਿਲਾਂ ਜੀ, ਕਿ ਜਿਹੜੀ ਵਿਲ ਹੈ ਉਹ ਹੈ ਕੀ ਹੈ। ਵਿਲ ਦੇਖੋ ਤੁਹਾਡੀ ਇੰਟੈਂਸ਼ਨ ਹੈ ਕਿ ਮੇਰੇ ਤੋਂ ਬਾਅਦ ਜਿਹੜੇ ਮੇਰੇ ਬੱਚੇ ਹੈ ਜਾਂ ਮੇਰੀ ਵਾਈਫ ਹੈ ਉਸ ਨੂੰ ਡਿਸਟ੍ਰੀਬਿਊਟ ਕਰ ਦਿੱਤੇ ਜਾਣ ਮੇਰੇ ਐਸੈਟ ਜਿਹੜੇ ਵੀ ਮੇਰੇ ਕੋਲ ਨੇ, ਠੀਕ ਹੈ ਨਾ। ਉਹ ਹਸਬੈਂਡ ਵੀ ਹੋ ਸਕਦਾ, ਉਹ ਵਾਈਫ ਵੀ ਹੋ ਸਕਦੀ ਹੈ, ਠੀਕ ਹੈ। ਜੇ ਤੁਹਾਡੇ ਦੋਨੋਂ ਹਸਬੈਂਡ ਵਾਈਫ ਚਲੇ ਜਾਂਦੇ ਨੇ, ਫਿਰ ਉਹ ਕਹਿੰਦੇ ਜੀ ਸਾਡੇ ਬੱਚਿਆਂ ਨੂੰ 50-50 ਜਾਂ ਜਿੰਨੇ 1/3 ਜੋ ਵੀ ਜਿਸ ਤਰ੍ਹਾਂ ਵੀ ਹੈ ਉਹਨਾਂ ਨੂੰ ਡਿਸਟ੍ਰੀਬਿਊਟ ਕਰ ਦਿਉ। ਉਹਦੇ ਵਿੱਚ ਵਿਲ 'ਚ ਤੁਸੀਂ ਕੀ ਕਰਦੇ ਹੋ, ਤੁਸੀਂ ਨਾ ਐਡਮਿਨਿਸਟ੍ਰੇਟਰ ਅਪੁਆਇੰਟ ਕਰ ਦਿੰਦੇ ਹੋ, ਤੁਹਾਡਾ ਬੱਚਾ ਜਿਹੜਾ ਮੇਜਰ ਹੈ ਉਹ ਵੀ ਅਪੁਆਇੰਟ ਹੋ ਸਕਦਾ ਹੈ, ਥਰਡ ਪਾਰਟੀ ਵੀ ਅਪੁਆਇੰਟ ਹੋ ਸਕਦੀ ਹੈ। ਫਿਰ ਤੁਸੀਂ ਬੈਨੀਫਿਸ਼ਰੀ ਅਪੁਆਇੰਟ ਕਰ ਦਿੰਦੇ ਹੋ ਕਿ ਮੇਰੇ ਤਿੰਨ ਬੱਚੇ ਹੈ, ਤਿੰਨਾਂ ਨੂੰ 1/3 ਜਾਣਾ ਚਾਹੀਦਾ, ਔਰ ਇਹਨਾਂ ਇਸ ਵਿਲ ਦਾ ਜਿਹੜਾ ਐਡਮਿਨਿਸਟ੍ਰੇਟਰ ਹੈ ਇਹ ਹੈ। ਸੋ ਯੂ ਕੈਨ ਚੂਜ਼ 1/3 ਜਾਣਾ ਚਾਹੀਦਾ, ਉਹ ਤਾਂ ਤੁਹਾਡੀ ਆਪਣੀ, ਤੁਸੀਂ ਚੂਜ਼ ਕਰ ਸਕਦੇ ਹੋ ਕਿ ਬਿਲਕੁਲ ਜੀ। ਦੇਖੋ ਜਿਹਨੇ ਵਿਲ ਬਣਾਉਣੀ ਹੈ ਉਹਦੀ ਹਾਂਜੀ, ਜਿਸ ਵੇਲੇ ਵਿਲ ਬਣ ਗਈ, ਵਿਲ ਦੇ ਵਿੱਚ ਯੂ ਹੈਵ ਟੂ ਬੀ ਸਟੇਟ ਆਫ ਮਾਈਂਡ। ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਤਾਂ ਪ੍ਰੋਸੀਜਰ ਹੈ, ਕਿਸੇ ਦੋ ਵਿਟਨੈਸ ਨੇ, ਕਿਸੇ 'ਚ ਤਿੰਨ ਵਿਟਨੈਸ ਨੇ, ਫਿਰ ਨੋਟਰੀ ਹੈ, ਸੋ ਕਿਸੇ ਦੇ ਇੱਕ ਪੇਜ 'ਤੇ ਵਿਟਨੈਸ ਹੋਣਾ ਚਾਹੀਦਾ, ਦੋ ਐਸ ਇੱਕ ਪ੍ਰੋਸੀਜਰ ਹੈ ਹਾਂਜੀ। ਸੋ ਪਲੀਜ਼ ਮੇਕ ਸ਼ੋਰ ਜਦੋਂ ਵੀ ਤੁਸੀਂ ਵਿਲ ਬਣਾਓ ਤਾਂ ਮੇਕ ਸ਼ੋਰ ਟਾਕ ਟੂ ਦਾ ਪਰਸਨ ਜਿਹਨੂੰ ਪਤਾ ਹੋਵੇ ਕਿ ਕੀ ਕਰ ਰਿਹਾ, ਕਿਉਂਕਿ ਜਦੋਂ ਤੁਸੀਂ ਵਿਲ ਬਣਾਉਣੀ ਹੈ, ਜੇ ਉਹ ਬਣਾ ਲਈ ਉਹ ਠੀਕ ਨਹੀਂ ਬਣੀ ਤਾਂ ਫਿਰ ਕੀ ਫਾਇਦਾ ਹੋਇਆ। ਯੂ ਹੈਵ ਟੂ ਮੇਕ ਦਿਸ ਇਜ਼ ਅ ਲੀਗਲ ਡਾਕੂਮੈਂਟ। ਸੋ ਇਸ ਕਰਕੇ ਇਹ ਤਾਂ ਵਿਲ ਹੋ ਗਈ। ਹੁਣ ਇਹ ਵੀ ਹੋ ਸਕਦਾ, ਹੁਣ ਤੁਸੀਂ ਮੈਨੂੰ ਲੋਕਾਂ ਦਾ ਸਵਾਲ ਹੁੰਦਾ ਕਿ ਜੇ ਮੇਰੇ ਕੋਲ ਵਿਲ ਨਹੀਂ ਹੈ ਤਾਂ ਕੀ ਹੋ ਗਿਆ। ਐਗਜੈਕਟਲੀ ਉਹੀ ਮੈਂ ਪੁੱਛਣ ਲੱਗੀ ਸੀ ਕਿ ਬਈ ਅਗਰ ਵਿਲ ਨਹੀਂ ਹੈ, ਜਿਹੜਾ ਕਿ ਬੜੇ ਕੇਸਿਸ ਮੈਂ ਦੇਖੇ ਹੈ, ਸੋ ਐਬਸੈਂਸ ਆਫ ਵਿਲ ਦੇ ਵਿੱਚ ਅਸਲੀ ਪ੍ਰੋਬਲਮਸ ਕੀ ਹੈ, ਐਟਲੀਸਟ ਵੀ ਸ਼ੁੱਡ ਬੀ ਅਵੇਅਰ ਆਫ। ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਜਿਸ ਤਰ੍ਹਾਂ ਮੰਨ ਲਓ ਕਿ ਹਸਬੈਂਡ ਵਾਈਫ ਹੈ, ਹਸਬੈਂਡ ਵਾਈਫ ਨਹੀਂ ਰਹੇ, ਉਹਨਾਂ ਦੇ ਬੱਚੇ ਨੇ, ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਵਿਲ ਵੀ ਹੈ ਜਾਂ ਨਹੀਂ ਵੀ ਹੈ, ਉਹਨਾਂ ਨੂੰ ਕਾਉਂਟੀ ਕੋਰਟ ਦੇ ਵਿੱਚ ਜਾ ਕੇ ਪ੍ਰੋਬੇਟ ਕਰਨਾ ਪਏਗਾ, ਅਸਟੇਟ ਖੋਲ੍ਹਣੀ ਪਏਗੀ ਆਪਣੇ ਮਾਂ ਬਾਪ ਦੀ। ਅਸਟੇਟ ਖੋਲ੍ਹਣ ਦਾ ਮਤਲਬ ਕੀ ਹੈ, ਹਰ ਇੱਕ ਕਾਉਂਟੀ ਦੇ ਵਿੱਚ ਆਪਣਾ ਇੱਕ ਪ੍ਰੋਸੀਜਰ ਹੈ, ਉਸ ਨੂੰ ਅਸੀਂ ਪ੍ਰੋਬੇਟ ਕਹਿੰਦੇ ਹਾਂ। ਵਾਟ ਡਿਡ ਯੂ ਸੇ, ਮੈਂ ਵੀ ਹੈਵ ਟੂ ਗੋ ਵੈਰੀ ਸਲੋ ਕਿਉਂਕਿ ਸਾਰੇ ਮੇਰੇ ਖਿਆਲ ਮੇਰੇ ਵਾਕਡ ਹੀ ਬੈਠੇ ਹੋਏ ਆ ਲੇਮੈਨ, ਹਾਂਜੀ ਯੂ ਨੋ। ਸੋ ਅਗਰ ਵਿਲ ਹੈ ਜਾਂ ਵਿਲ ਨਹੀਂ ਹੈ, ਸੋ ਵੀ ਹੈਵ ਟੂ ਗੋ ਟੂ ਪ੍ਰੋਬੇਟ, ਗੋ ਟੂ ਪ੍ਰੋਬੇਟ। ਸੋ ਮੇਰੇ ਵਰਗਾ ਬੰਦਾ ਕਹੇਗਾ ਕਿ ਫਿਰ ਫਾਇਦਾ ਕੀ ਹੋਇਆ, ਡਿਫਰੈਂਸ ਕੀ ਹੈ, ਵਿਲ ਹੈ ਜਾਂ ਨਹੀਂ ਹੈ। ਉਹਦੇ 'ਚ ਕੀ ਹੈ ਕਿ ਜਦੋਂ ਤੁਹਾਡੇ ਕੋਲ ਵਿਲ ਹੈ ਜੀ, ਤੁਸੀਂ ਐਡਮਿਨਿਸਟ੍ਰੇਟਰ ਅਪੁਆਇੰਟ ਕਰਤਾ, ਓਕੇ, ਤੁਸੀਂ ਬੈਨੀਫਿਸ਼ਰੀ ਦੱਸਦੇ ਕਿ ਮੇਰੇ ਤਿੰਨ ਬੱਚੇ ਆ, ਇਹਨਾਂ ਨੂੰ 1/3 ਜਾਣਾ ਚਾਹੀਦਾ, ਤੁਸੀਂ ਐਡਮਿਨਿਸਟ੍ਰੇਟਰ ਦੱਸਤਾ ਕਿ ਇਹ ਬੰਦਾ ਮੇਰੀ ਅਸਟੇਟ ਨੂੰ ਹੈਂਡਲ ਕਰੇਗਾ, ਠੀਕ ਹੈ। ਹੁਣ ਤੁਹਾਡੇ ਕੋਲ ਵਿਲ ਨਹੀਂ ਹੈ ਜੀ, ਫਿਰ ਜੱਜ ਡਿਸਾਈਡ ਕਰੇਗਾ।
ਕਿ ਐਡਮਿਨਿਸਟ੍ਰੇਟਰ ਕੌਣ ਹੋਏਗਾ, ਉਹ ਸਾਡੇ ਵਰਗੇ ਅਟਾਰਨੀ ਹੁੰਦੇ ਨੇ ਜਿਨ ਜਿਹੜੇ ਐਂਡ ਯੂ ਵਿਲ ਬੀ ਪੇਇੰਗ ਫੋਰ ਦੈਮ ਟੂ ਰਾਈਟ ਅੱਛਾ ਫਿਰ ਉਹਨਾਂ ਦੇ ਸੈਲਫ ਇੰਟਰਸਟ ਹਾਂਜੀ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਤੁਹਾਡੇ ਬੱਚਿਆਂ 'ਚ ਫਿਰ ਔਨ ਦਾ ਟੋਪ ਆਫ ਦੈਟ ਕੀ ਹੋਏਗਾ ਤੁਹਾਡੇ ਬੈਨੀਫਿਸ਼ਰੀ ਦੇ ਵਿਲ ਡਿਸਾਈਡ ਕਿ ਹੋ ਸਕਦਾ ਤਿੰਨ ਬੱਚੇ ਉਹ ਤੁਹਾਡਾ ਤੁਹਾਡਾ ਬ੍ਰਦਰ ਵੀ ਉੱਥੇ ਖੜਾ ਤੁਹਾਡੀ ਸਿਸਟਰ ਵੀ ਉੱਥੇ ਖੜੀ ਹੈ ਉਹ ਕਹਿਣਗੇ ਜੀ ਸਾਨੂੰ ਇਹਨਾਂ ਨੇ ਪੈਸੇ ਦੇਣੇ ਕਲੇਮ ਸ਼ੁਰੂ ਹੋ ਜਾਂਦੇ ਆ ਦੇਖੋ ਵਿਲ ਦੇ ਨਾਲ ਵੀ ਕਲੇਮ ਹੋ ਜਾਂਦੇ ਆ ਲੇਕਿਨ ਉਹਦੇ 'ਚ ਘੱਟ ਚਾਂਸਿਸ ਹੁੰਦੇ ਆ ਲੇਕਿਨ ਹਾਂ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਕਿ ਇਸ ਦੇ ਅੱਗੇ ਯੂ ਨੋ ਮੇਰੇ ਮਨ 'ਚ ਵੀ ਆ ਰਹੇ ਆ ਸਵਾਲ ਤੁਹਾਡੇ ਵੀ ਆ ਰਹੇ ਹੋਣੇ ਸੋ ਜ਼ਰੂਰ ਜ਼ਰੂਰ ਯੂ ਨੋ ਪੁੱਛੋ ਤੁਸੀਂ ਕਿ ਕੀ ਕਹਿੰਦੇ ਹੋ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਵਾਲ ਤੁਹਾਡੇ ਮਨ 'ਚ ਆ ਰਹੇ ਆ ਜ਼ਰੂਰ ਪੁੱਛੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਔਰ ਅਸੀਂ ਵੈਲਕਮ ਕਰ ਰਹੇ ਹਾਂ ਮਿਸਟਰ ਰਾਜਾ ਭੰਡਾਰੀ ਨੂੰ ਥੈਂਕ ਯੂ ਫੋਰ ਕਮਿੰਗ ਹੇਅਰ ਅਗੇਨ ਐਂਡ ਅਸੀਂ ਬਿਫੋਰ ਗੋਇੰਗ ਔਨ ਦਾ ਬ੍ਰੇਕ ਵੀ ਵਾਸ ਥਿੰਕਿੰਗ ਕਿ ਅਸੀਂ ਸੋਚ ਰਹੇ ਸੀ ਕਿ ਜਿਸ ਤਰ੍ਹਾਂ ਵਿਲ ਦੀ ਗੱਲ ਹੋਈ ਹੈ ਪ੍ਰੋਬੇਟ ਤੁਸੀਂ ਗੱਲ ਕਰ ਰਹੇ ਹੋ ਸਾਰਿਆਂ ਨੂੰ ਜਰਾ ਸਮਝਾਓ ਵੀ ਪ੍ਰੋਬੇਟ ਹੈ ਕੀ ਹੈ ਵਟ ਇਜ਼ ਪ੍ਰੋਬੇਟ ਕਿ ਤੁਸੀਂ ਕਹਿੰਦੇ ਹੋ ਵਿਲ ਹੋਏ ਜਾਂ ਵਿਲ ਨਾ ਹੋਏ ਪ੍ਰੋਬੇਟ 'ਤੇ ਜਾਣਾ ਹੀ ਹੈ ਜੀ ਸੋ ਵਟ ਇਜ਼ ਇਟ ਹਾਂ ਦੇਖੋ ਮੈਂ ਇਸ ਚੀਜ਼ ਨੂੰ ਤੁਹਾਨੂੰ ਸਲੋਲੀ ਸਮਝਾਵਾਂਗਾ ਪ੍ਰੋਬੇਟ ਜਿਹੜੀ ਹੈ ਇਸ ਵੈਰੀ ਲੈਂਥੀ ਹੈ ਪੇਨਫੁਲ ਹੈ ਔਰ ਐਕਸਪੈਂਸਿਵ ਹੋ ਜਾਂਦੀ ਹੈ ਅੱਛਾ ਇਹ ਪ੍ਰੋਸੀਜਰ ਹੈ ਹਰ ਇੱਕ ਸਟੇਟ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਕਾਉਂਟੀ ਕੋਰਟ ਹੈ ਕਾਉਂਟੀ ਕੋਰਟ ਦੇ ਵਿੱਚ ਤੁਹਾਨੂੰ ਅਸਟੇਟ ਖੋਲ੍ਹਣੀ ਪੈਂਦੀ ਹੈ ਮੰਨ ਲਓ ਕਿ ਹਸਬੈਂਡ ਨਹੀਂ ਰਹੇ ਤਾਂ ਉਹਨਾਂ ਦੇ ਨਾਂ 'ਤੇ ਬਹੁਤ ਸਾਰੀ ਪ੍ਰੋਪਰਟੀਜ਼ ਨੇ ਬਿਜ਼ਨਸ ਹੈ ਫਿਰ ਉਹਨਾਂ ਦੀ ਵਾਈਫ ਨੂੰ ਕੀ ਕਰਨਾ ਪਏਗਾ ਚਾਹੇ ਉਹਨਾਂ ਕੋਲ ਵਿਲ ਹੈ ਚਾਹੇ ਨਹੀਂ ਹੈ ਉਹਨਾਂ ਨੂੰ ਜਾ ਕੇ ਉਸ ਪ੍ਰੋਬੇਟ ਸੈਕਸ਼ਨ ਦੇ ਵਿੱਚ ਅਸਟੇਟ ਖੋਲ੍ਹਣੀ ਪਏਗੀ ਚਲੋ ਇੱਕ ਤਾਂ ਹੋ ਗਿਆ ਕਿ ਵਿਲ ਹੈ ਜਾਂ ਨਹੀਂ ਹੈ ਦਾ ਤੁਸੀਂ ਸਵਾਲ ਹਾਂਜੀ ਕਿ ਉਹ ਬੈਟਰ ਹੈ ਕਿ ਹੋਏ ਬਿਕੋਜ਼ ਐਟਲੀਸਟ ਸਾਡੀ ਚੋਇਸ ਦੇ ਬੰਦੇ ਅਸੀਂ ਐਡਮਿਨਿਸਟਰ ਕਰ ਰਹੇ ਹਾਂ ਐਂਡ ਦੈਨ ਬੈਨੀਫੀਸ਼ਰੀਜ਼ ਹੈ ਦੈਟ ਇਜ਼ ਜਜ ਡਿਸਾਈਡਿੰਗ ਹਾਂਜੀ ਬਿਲਕੁਲ ਸਹੀ ਗੱਲ ਹੈ ਵਿਲ ਹੋਣਾ ਬਹੁਤ ਜ਼ਰੂਰੀ ਹੈ ਕਮ ਸੇ ਕਮ ਵਿਲ ਤਾਂ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਜੀ ਠੀਕ ਹੈ ਨਾ ਅੱਛਾ ਹੁਣ ਪ੍ਰੋਬੇਟ ਇੱਕ ਪ੍ਰੋਸੀਜਰ ਹੈ ਤੁਸੀਂ ਕਿਸੇ ਕੋਲੋਂ ਲੋਨ ਲਿੱਤਾ ਹੈ ਤੁਸੀਂ ਕਿਸੇ ਦੇ ਪੈਸੇ ਦੇਣੇ ਹੈ ਠੀਕ ਹੈ ਨਾ ਹੁਣ ਉਹ ਕਹਿੰਦੇ ਆ ਕਿ ਤੁਸੀਂ ਬੰਦਾ ਤਾਂ ਚਲਾ ਗਿਆ ਹੁਣ ਮੋਰਗੇਜ ਵੀ ਹੈ ਤੁਹਾਡੇ ਨਾਂ 'ਤੇ ਅੱਛਾ ਹੁਣ ਉਹ ਜਿੰਨੇ ਵੀ ਅੱਛਾ ਪ੍ਰੋਸੀਜਰ ਹੁੰਦਾ ਹੈ ਜਿਸ ਤਰ੍ਹਾਂ ਪ੍ਰੋਬੇਟ ਹੈ ਉਹਦਾ ਪ੍ਰੋਸੀਜਰ ਹੈ ਪੂਰੇ 9 ਯਾਰਡ ਪਹਿਲਾਂ 1 ਤੋਂ 2 ਮਹੀਨੇ ਤੱਕ ਉਹ ਨਿਊਜ਼ ਪੇਪਰ 'ਚ ਐਡਵਰਟਾਈਜ਼ਮੈਂਟ ਦਿੰਦੇ ਨੇ ਕਿ ਇਹ ਬੰਦਾ ਜਿਹੜਾ ਹੈ ਉਹ ਚਲਾ ਗਿਆ ਜਿਹੜੇ ਵੀ ਇਹਦੇ ਕ੍ਰੈਡੀਟਰਸ ਨੇ ਜਿਨ੍ਹਾਂ ਤੋਂ ਵੀ ਇਹਨਾਂ ਨੇ ਪੈਸੇ ਲਿੱਤੇ ਹੈ ਪਲੀਜ਼ ਕਮ ਫੋਰਵਰਡ ਫਾਈਲ ਦਾ ਕਲੇਮ ਜਿਹੜੇ ਵੀ ਉਹਨਾਂ ਦੇ ਕ੍ਰੈਡੀਟਰਸ ਹੁੰਦੇ ਆ ਕ੍ਰੈਡਿਟ ਕਾਰਡ ਵਾਲਾ ਹੋਇਆ ਜਾਂ ਤੁਹਾਡੀ ਮੋਰਗੇਜ ਵਾਲਾ ਹੋਇਆ ਜਾਂ ਪਰਸਨਲ ਕਿਸੇ ਤੋਂ ਤੁਸੀਂ ਪੈਸੇ ਲਿੱਤੇ ਆ ਉਹ ਕਲੇਮ ਫਾਈਲ ਕਰ ਦਿੰਦੇ ਆ ਅੱਛਾ ਕੁਛ ਕਲੇਮ ਜਿਹੜੇ ਹੁੰਦੇ ਆ ਉਹ ਸਿਕਿਓਰ ਹੁੰਦੇ ਆ ਕੁਛ ਜਿਹੜੇ ਸਿਕਿਓਰ ਨਹੀਂ ਹੁੰਦੇ ਸਿਕਿਓਰ ਜਿਸ ਤਰ੍ਹਾਂ ਤੁਹਾਡੀ ਮੋਰਗੇਜ ਹੈ ਉਹ ਤੁਸੀਂ ਤੁਹਾਡੀ ਪ੍ਰੋਪਰਟੀ ਦੇ ਅਗੇਂਸਟ ਲੱਗੀ ਹੋਈ ਹੈ ਉਹ ਸਿਕਿਓਰ ਹੈ ਕਿਸੇ ਨੇ ਤੁਹਾਡੇ ਤੁਸੀਂ ਨੋਟ ਦਿੱਤਾ ਕਿਸੇ ਨੂੰ ਉਹਨੇ ਮੋਰਗੇ ਲੀਨ ਲਗਾ ਤੀ ਤੁਹਾਡੀ ਪ੍ਰੋਪਰਟੀ 'ਤੇ ਉਹ ਸਿਕਿਓਰ ਹੈ ਫਿਰ ਤੁਹਾਡੇ ਕ੍ਰੈਡਿਟ ਕਾਰਡਸ ਜਿਹੜੇ ਹੈ ਉਹ ਸਮ ਟਾਈਮ ਦੇ ਕੰਸਿਡਰ ਸਿਕਿਓਰ ਸਮ ਟਾਈਮ ਨਾਟ ਕਿਉਂਕਿ ਕੋਲੈਟਰਲ ਨਹੀਂ ਹੈ ਉਹਨਾਂ ਦੇ ਅਗੇਂਸਟ ਕੋਈ ਸੋ ਇਸ ਤਰੀਕੇ ਦੇ ਨਾਲ ਉਹਦੇ 'ਚ ਬਿਜ਼ਨਸ ਵੀ ਇਨਵੋਲਵ ਹੋ ਜਾਂਦਾ ਜੇ ਉਹਨਾਂ ਦਾ ਬਿਜ਼ਨਸ ਹੈ ਉਹਦੇ ਵੀ ਕ੍ਰੈਡੀਟਰਸ ਅੱਗੇ ਆ ਜਾਂਦੇ ਆ ਅੱਛਾ ਫਿਰ ਕੀ ਕਰਦੇ ਆ ਫਿਰ ਉਹ ਤੁਹਾਨੂੰ ਜਿਹੜੇ ਤੁਸੀਂ ਫੈਮਿਲੀ ਵਾਲੇ ਹੋ ਤਾਂ ਉਹਨਾਂ ਨੂੰ ਕਹਿੰਦੇ ਆ ਜੀ ਹੁਣ ਤੁਸੀਂ ਨਾ ਸਾਨੂੰ ਇਨਵੈਂਟਰੀ ਦਿਓ ਇਨਵੈਂਟਰੀ 'ਚ ਕੀ ਹੋਏਗਾ ਤੁਹਾਡੇ ਜਿੰਨੇ ਵੀ ਬੈਂਕ ਅਕਾਊਂਟਸ ਹੈ ਦਿਓ ਜੀ ਅੱਛਾ ਤੁਸੀਂ ਤੁਹਾਡੇ ਕੋਲ ਪੈਸੇ ਕਿੰਨੇ ਅੱਜ ਦੀ ਡੇਟ ਦੇ ਵਿੱਚ ਉਹ ਦਿਓ ਫਿਰ ਉਹ ਲਿਸਟ ਬਣਾਉਂਦੇ ਕਿ ਇੰਨੇ ਤੁਹਾਡੇ ਕੋਲ ਪੈਸੇ ਹੈ ਇੰਨੇ ਤੁਸੀਂ ਦੇਣੇ ਠੀਕ ਹੈ ਕਿ ਨਹੀਂ ਹੁਣ ਇਹ ਸਾਰਾ ਰੈਕਰਡ ਜਿਹੜਾ ਹੈ ਇਹ ਸਾਰਾ ਪਬਲਿਕ ਹੈ ਕੋਈ ਵੀ ਜਾ ਕੇ ਇਸ ਨੂੰ ਦੇਖ ਸਕਦਾ ਅੱਛਾ ਹਾਂ ਫਿਰ ਸਭ ਨੂੰ ਵੱਡੀ ਪ੍ਰੋਬਲਮ ਕੀ ਹੁੰਦੀ ਹੈ ਫਿਰ ਇੱਥੇ ਚਾਚਾਵਾਦ ਭਤੀਜਾਵਾਦ ਸ਼ੁਰੂ ਹੋ ਜਾਂਦਾ ਹੈ ਜਿਨ੍ਹਾਂ ਨੇ ਦੇਣੇ ਸੀ ਜੀ ਉਹ ਅੱਛਾ ਹੁਣ ਜੱਜ ਕਹਿੰਦਾ ਕਿ ਪ੍ਰੂਫ ਦਿਖਾਓ ਅਸੀਂ ਕਾਹਦਾ ਪ੍ਰੂਫ ਦਿਖਾਈਏ ਜਿਸ 'ਤੇ ਕੈਸ਼ ਦਿੱਤੇ ਸੀ ਇਹਨਾਂ ਨੂੰ ਅੱਛਾ ਉਹਨਾਂ ਨੇ ਚਾਹੇ ਦਿੱਤੇ ਹੋਣ ਜਾਂ ਨਾ ਦਿੱਤੇ ਹੋਣ ਉਹ ਕਲੇਮ ਲੱਗ ਜਾਂਦਾ ਉਹਦੇ 'ਚ ਕੀ ਹੋਏਗਾ ਜਦੋਂ ਕਲੇਮ ਲੱਗ ਗਿਆ ਕਲੇਮ ਉਹਨਾਂ ਨੇ ਫਾਈਲ ਕਰਤਾ ਤੁਹਾਡੀ ਅਸਟੇਟ ਦੇ ਅਗੇਂਸਟ ਹੁਣ ਤੁਸੀਂ ਚਾਹੇ ਜਿੱਤੋ ਜਾਂ ਨਾ ਜਿੱਤੋ ਜੀ ਡਿਲੇ ਤਾਂ ਹੋ ਗਿਆ ਨਾ ਅੱਛਾ ਓਬਜੈਕਸ਼ਨ ਪੈ ਗਿਆ ਤੇ ਉਹਨੂੰ ਹਾਂ ਉਸ ਪਹਿਲਾਂ ਹਾਂ ਪਹਿਲਾਂ ਉਸ ਨੂੰ ਰਿਜ਼ੋਲਵ ਕਰਨਾ ਉਹਨਾਂ ਨੇ ਜੱਜ ਨੇ ਅੱਛਾ ਸੈਕਿੰਡ ਥਿੰਗ ਕੀ ਹੋਈ ਇਹਦੇ 'ਚ ਰਿਚ ਕੌਣ ਬਣਿਆ ਅਸੀਂ ਐਜ਼ ਏ ਅਟਰਨੀ ਸਾਡਾ ਤਾਂ ਆਵਰਲੀ ਰੇਟ ਚੱਲ ਪਿਆ ਨਾ ਇੱਕ ਪ੍ਰੋਬੇਟ ਜਿਹੜੀ ਹੈ ਮਿਨੀਮਮ 5,000 ਤੋਂ ਲੈ ਕੇ 15,000 ਦਾ ਖਰਚਾ ਅਟਰਨੀ ਦਾ ਆ ਜਾਂਦਾ ਮਿਨੀਮਮ ਜੇ ਕੋਈ ਕਲੇਮ ਹੈ ਹੋਰ ਵਧਣਗੇ ਅੱਛਾ ਕੁਛ ਐਸੀ ਸਟੇਟਸ ਨੇ ਕੁਛ ਐਸੀ ਕਾਉਂਟੀਸ ਨੇ ਜਿੱਥੇ ਕਿ ਜਿਹੜੀ ਪ੍ਰੋਬੇਟ ਹੈ 1 ਤੋਂ 3 ਸਾਲ ਤੱਕ ਚਲੇ ਜਾਂਦੀ ਹੈ ਕਿਉਂਕਿ ਬੈਕਲੌਗ ਇੰਨਾ
ਅੱਛਾ ਕਈ ਐਸੀ ਕਾਉਂਟੀਜ਼ ਨੇ ਜਿੱਥੇ ਤਾਂ ਸਟੇਟ ਹੀ ਨਹੀਂ ਖੁੱਲ੍ਹ ਪਾਉਂਦੀ ਬਿਕੋਜ਼ ਦੇ ਵਾਂਟ ਟੂ ਹੈਵ ਓਰਿਜਨਲ ਦਿਸ ਓਰਿਜਨਲ ਦੈਟ ਬ੍ਰਿੰਗ ਐਵਰੀਥਿੰਗ ਹੁਣ ਇੱਕ ਤਾਂ ਤੁਹਾਡਾ ਜਿਹੜਾ ਹੈ ਬੰਦਾ ਚਲਾ ਗਿਆ ਖੱਜਲ ਕਿੰਨਾ ਹੋਣਾ ਨਹੀਂ ਇੱਕ ਤਾਂ ਦੇਖੋ ਚਲਾ ਗਿਆ ਉਹ ਦੁੱਖ ਤੁਹਾਨੂੰ ਦੂਸਰਾ ਤੁਸੀਂ ਹੁਣ ਕਹਿੰਦੇ ਹੋ ਕਿ ਐਸੇ ਪੈਸੇ ਕਮਾਏ ਦਾ ਕੀ ਕੀਤਾ ਕਿ ਜਿਹੜਾ ਸਾਨੂੰ ਕੋਰਟਾਂ 'ਚ ਧੱਕੇ ਖਵਾਤੇ ਦੇਖੋ ਨਾ ਗਲਤ ਹੋ ਗਈ ਨਾ ਅੱਛਾ ਫਿਰ ਉਹ ਜਿਸ ਵੇਲੇ ਇਨਵੈਂਟਰੀ ਆ ਗਈ ਕਲੇਮ ਆ ਗਿਆ ਉਸ ਨੂੰ ਰਿਜ਼ੋਲਵ ਕੀਤਾ ਫਿਰ ਕੀ ਹੁੰਦਾ ਦੇਖੋ ਫਿਰ ਉਹ ਡਿਸਾਈਡ ਕਰਦੇ ਆ ਕਿ ਤੁਸੀਂ ਜਿਹੜਾ ਤੁਹਾਡਾ ਘਰ ਹੈ ਨਾ ਜੀ ਇਹਨੂੰ ਵੇਚੋ ਵੇਚ ਕੇ ਇਹ ਪੈਸੇ ਸਟੇਟ ਦੇ ਅਕਾਊਂਟ 'ਚ ਲੈ ਕੇ ਆਓ ਅੱਛਾ ਕਿਉਂਕਿ ਮੋਰਗੇਜ ਹੈ ਰਾਈਟ ਮੋਰਗੇਜ ਨੇ ਤਾਂ ਕਹਿਣਾ ਕਿ ਮੇਰੇ ਤੋਂ ਮੋਰਗੇਜ ਦਿਓ ਮੇਰੇ ਤੋਂ ਬੰਦਾ ਜੀ ਨੇ ਮੋਰਗੇਜ ਲਿੱਤੀ ਸੀ ਉਹ ਚਲਾ ਗਿਆ ਸੋ ਉਹ ਘਰ ਵੇਚ ਕੇ ਫਿਰ ਤੁਹਾਡੇ ਉਸ ਦੇ ਵਿੱਚ ਪੈਸੇ ਆਉਂਦੇ ਆ ਫਿਰ ਸਾਰੇ ਪੈਸੇ ਇਕੱਠੇ ਕਰਕੇ ਜਿਹਨਾਂ ਨੂੰ ਤੁਸੀਂ ਦੇਣੇ ਉਹ ਦਿੰਦੇ ਹੋ ਫਿਰ ਜਿਹੜਾ ਕਮਿਟੀ ਦੇ ਟੈਕਸਿਸ ਹੈ ਉਹ ਦਿੰਦੇ ਹੋ ਜਿਹੜੀ ਅਟਾਰਨੀ ਦੀ ਫੀਸ ਉਹ ਦਿੰਦੇ ਹੋ ਫਿਰ ਜਿਹੜੇ ਤੁਸੀਂ ਆਪਣਾ ਟਾਈਮ ਵੇਸਟ ਕੀਤਾ ਚੱਕਰ ਲਗਾਇਆ ਉਹ ਪਰ ਇਹਦੀ ਐਬਸੈਂਸ ਵਿੱਚ ਕੋਈ ਸਕੋਪ ਹੈ ਉਹਦਾ ਜਿਹੜਾ ਕਈ ਹੁੰਦੇ ਕਿ ਅਕਾਊਂਟੇਬਲ ਨਹੀਂ ਬੈਂਕ 'ਚ ਵੀ ਨਹੀਂ ਪਿਆ ਕਿਤੇ ਪਿਆ ਪੈਸਾ ਜਾਂ ਕੁਛ ਕੋਈ ਐਸੀ ਚੀਜ਼ ਦੇਖੋ ਇੱਕ ਹੋਰ ਬਹੁਤ ਵੱਡੀ ਚੀਜ਼ ਜਿਹੜੀ ਕਿ ਓਵਰ ਦ ਈਅਰਸ ਮੈਂ ਦੇਖੀ ਹੈ ਜੀ ਬੱਚਿਆਂ ਨੂੰ ਜਾਂ ਵਾਈਫ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਕੋਲ ਹੈ ਕੀ ਅਨਫੋਰਚੁਨੇਟਲੀ ਅੱਛਾ ਹੁਣ ਤੁਸੀਂ ਦੇਖੋ ਤੁਹਾਡਾ ਬੈਂਕ ਅਕਾਊਂਟ ਬੈਂਕ ਅਕਾਊਂਟ ਹੈ ਬੈਂਕ ਅਕਾਊਂਟ ਦੇ ਵਿੱਚ ਜਿਸ ਜੇ ਤੁਸੀਂ ਬੈਂਕ ਅਕਾਊਂਟ ਨੂੰ ਕੁਛ ਸਾਲ ਤੱਕ ਯੂਜ਼ ਨਹੀਂ ਕਰਦੇ ਤਾਂ ਉਹ ਡੋਰਮੈਂਟ ਹੋ ਜਾਂਦਾ ਤੁਸੀਂ ਉਸ ਦਾ ਜਵਾਬ ਨਹੀਂ ਦਿੰਦੇ ਤਾਂ ਸਟੇਟ ਵਿਲ ਟੇਕ ਇਟ ਅਵੇ ਸੇਮ ਥਿੰਗ ਤੁਹਾਡੀ ਪ੍ਰੋਪਰਟੀ ਵੀ ਹੋ ਸਕਦੀ ਹੈ ਹੁਣ ਮੰਨ ਲਓ ਕਿ ਇੱਕ ਹਸਬੈਂਡ ਹੈ ਉਹਨੇ ਪ੍ਰੋਪਰਟੀ ਲਿੱਤੀ ਹੈ ਔਰ ਉਹ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਹੈ ਉਹ ਕਿਸੇ ਨੇ ਕਲੇਮ ਨਹੀਂ ਕੀਤੀ ਤਾਂ ਓਬਵੀਅਸਲੀ ਇਸ ਕੋ ਨਾ ਗੋ ਸਟੇਟ ਨੇ ਲੈ ਜਾਣੀ ਹੈ ਉਸਨੂੰ ਲੇਕਿਨ ਇਸ ਤਰ੍ਹਾਂ ਹੀ ਕਈ ਬੈਂਕ ਅਕਾਊਂਟਸ ਹੁੰਦੇ ਆ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਔਰ ਇਸ ਤਰ੍ਹਾਂ ਹੀ ਕਈ ਵਾਰੀ ਲੋਕਰ ਲਿੱਤੇ ਹੁੰਦੇ ਆ ਉਹਨਾਂ ਨੇ ਉਹਦੇ 'ਚ ਕੈਸ਼ ਵੀ ਪਿਆ ਹੁੰਦਾ ਜਾਂ ਕੁਛ ਜੂਲਰੀ ਪਈ ਹੁੰਦੀ ਉਹ ਵੀ ਨਹੀਂ ਪਤਾ ਹੁੰਦਾ ਹੁਣ ਤੁਸੀਂ ਜੇ ਤੁਸੀਂ ਆਪਣੀ ਜਿਹਦੇ ਲਈ ਤੁਸੀਂ ਕਮਾਇਆ ਜਿਹਦੇ ਲਈ ਤੁਸੀਂ ਦਿਨ ਰਾਤ ਕੀਤਾ ਮਿਹਨਤ ਕੀਤੀ ਜੇ ਉਹਨਾਂ ਨੂੰ ਪਹਿਲੀ ਗੱਲ ਪਤਾ ਹੀ ਨਹੀਂ ਜੇ ਪਤਾ ਹੈ ਤਾਂ ਉਹਨਾਂ ਕੋਲ ਡਾਕੂਮੈਂਟ ਨਹੀਂ ਹੈ ਹੁਣ ਤੁਸੀਂ ਕੀ ਕੀ ਇਨਵੈਂਟਰੀ ਦਿਓਗੇ ਉੱਥੇ ਜਿਸ ਨੂੰ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਉਹਨਾਂ ਕੋਲ ਕੀ ਸੀ ਹਾਂ ਕ੍ਰੈਡੀਟਰਸ ਤਾਂ ਪਤਾ ਹੈ ਉਹਨਾਂ ਨੇ ਤਾਂ ਨਹੀਂ ਨਾ ਛੱਡਣਾ ਉਹ ਤਾਂ ਲੱਗੇ ਹੋਏ ਨੇ ਉਹਨਾਂ ਨੇ ਤਾਂ ਕਲੇਮ ਕਰ ਦੇਣਾ ਤੁਹਾਡਾ ਸੋ ਇਸ ਕਰਕੇ ਪ੍ਰੋਬੇਟ ਜਿਹੜੀ ਹੈ ਨਾ ਇਸੇ ਨਾਈਟਮੇਅਰ ਇਸ ਜੇ ਤੁਸੀਂ ਕਿਸੇ ਜਿਹਦੇ ਜਿਹੜਾ ਬੰਦਾ ਪ੍ਰੋਬੇਟ 'ਚ ਗਿਆ ਹੋਵੇ ਤੁਸੀਂ ਉਸ ਨਾਲ ਗੱਲ ਕਰੋ ਉਹ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਜਾਏਗਾ ਕਿ ਪਲੀਜ਼ ਇਹ ਡਾਕੂਮੈਂਟ ਜ਼ਰੂਰ ਬਣਾ ਲੈਣਾ ਮੈਂ ਜੋ ਮੈਂ ਗਿਆ ਜਾਂ ਗਈ ਹਾਂ ਇਸ ਪ੍ਰੋਸੀਜਰ ਦੇ ਵਿੱਚ ਇਸ ਟੂ ਮੱਚ ਫੋਰ ਮੀ ਇਹ ਨਾ ਕਰਨਾ ਕਿਉਂਕਿ ਇੱਕ ਪੈਸੇ ਜਾਂਦੇ ਆ ਇੱਕ ਲੈਂਥ ਟਾਈਮ ਖੁਆਰੀ ਬੜੀ ਹੈ ਨਾ ਬਹੁਤ ਖੁਆਰੀ ਬੜੀ ਤੁਸੀਂ ਸਾਰਾ ਦਿਨ ਰਾਤ ਕੰਮ ਕਰਦੇ ਹੋ ਤੁਸੀਂ ਤੁਹਾਡੇ ਕੋਲ ਟਾਈਮ ਕਿੱਥੇ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਪਹਿਲਾਂ ਸ਼ੌਕ ਫਿਰ ਸੋ ਮੱਚ ਟਰੋਮਾ ਅਗਰ ਬੱਚੇ ਛੋਟੇ ਹੈ ਵੱਡੇ ਕਿਸੇ ਵੀ ਏਜ ਦੇ ਨੇ ਨਾ ਪਾਰਟਨਰਸ ਵਾਸਤੇ ਕਿੰਨਾ ਹੈ ਕਰਦਿਆਂ ਵਾਸਤੇ ਉਹੀ ਜਿਵੇਂ ਤੁਹਾਡੀ ਵਾਲੀ ਗੱਲ ਕਿ ਕਈਆਂ ਨੂੰ ਕਹਿੰਦੇ ਸੁਣਿਆ ਕਿ ਇਸ ਤੋਂ ਅੱਛਾ ਤਾਂ ਨਾ ਹੀ ਛੱਡ ਕੇ ਜਾਂਦੇ ਬਿਕੋਜ਼ ਜਦੋਂ ਹੈਗੀ ਹੈ ਤਾਂ ਛੱਡੀ ਵੀ ਨਹੀਂ ਜਾਂਦੀ ਚੀਜ਼ ਉਹਦੇ ਪਿੱਛੇ ਬੰਦਾ ਲੱਗਾ ਵੀ ਰਹਿੰਦਾ ਐਂਡ ਦੈਨ ਦ ਪ੍ਰੋਸੈਸ ਇਜ਼ ਸੋ ਟੀਡੀਅਸ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਯੂ ਡੋਂਟ ਗੋ ਐਨੀਵੇਅਰ ਐਂਡ ਕਮ ਬੈਕ ਵਿਦ ਯੋਰ ਕੁਐਸਚਨਸ ਸਾਰਿਆਂ ਦਾ ਫਿਰ ਸਵਾਗਤ ਹੈ ਔਰ ਸਵਾਗਤ ਹੈ ਤੁਹਾਡਾ ਵੀ ਥੈਂਕ ਯੂ ਜੀ ਅੱਜ ਬੈਠੇ ਹਾਂ ਮਿਸਟਰ ਰਾਜਾ ਭੰਡਾਰੀ ਜੀ ਨਾਲ ਟੂ ਲਰਨ ਅਬਾਊਟ ਵਿਲਸ ਐਂਡ ਟਰੱਸਟ ਬੜੀ ਸਾਰੀਆਂ ਚੀਜ਼ਾਂ ਦੱਸ ਰਹੇ ਹਾਂ ਜਿਹਦੇ 'ਚ ਲਾਸਟ ਜਿਹੜਾ ਤੁਸੀਂ ਪ੍ਰੋਬੇਟ ਦੇ ਬਾਰੇ ਦੱਸਿਆ ਉਹ ਤਾਂ ਵਾਕਈ ਬੜਾ ਡਰਾਵਨਾ ਸਕੇਰੀ ਹੈ ਇਟ ਇਜ਼ ਸਕੇਰੀ ਕਿ ਮਤਲਬ ਬਸ ਰਿਐਲਿਟੀ ਆਈ ਨੋ ਬਟ ਕੋਈ ਤਰੀਕਾ ਨਹੀਂ ਜਿਹਦੇ 'ਚ ਬਚ ਜਾਈਏ ਇੱਥੋਂ ਕਹਿੰਦੇ ਹੋ ਤੁਸੀਂ ਵਿਲ ਹੋਵੇ ਨਾ ਹੋਵੇ ਪ੍ਰੋਬੇਟ ਹੋਣਾ ਹੀ ਹੈ ਤਾਂ ਕੋਈ ਤਾਂ ਤਰੀਕਾ ਹੋਣਾ ਇਹਦੇ 'ਚੋਂ ਕੱਢੋ ਕਿ ਬਿਲਕੁਲ ਹੈ ਬਿਲਕੁਲ ਹੈ ਤੁਸੀਂ ਅਸੀਂ ਇੱਕ ਬੜੀ ਸਿੰਪਲ ਲਾਈਨ ਬੋਲਦੇ ਹਾਂ ਅਸੀਂ ਕਹਿੰਦੇ ਹਾਂ ਕਿ ਹਾਊ ਟੂ ਡਿਸਟ੍ਰੀਬਿਊਟ ਯੂਅਰ ਐਸੈਟਸ ਓਕੇ ਆਫਟਰ ਯੂ ਆਰ ਨੋ ਮੋਰ ਟੂ ਯੂਅਰ ਚਿਲਡਰਨ ਵਿਦਆਊਟ ਗੋਇੰਗ ਟੂ ਦ ਕੋਰਟ ਸੋ ਬੱਚਿਆਂ ਨੂੰ ਡਿਸਟ੍ਰੀਬਿਊਟ ਕਿਵੇਂ ਕਰੀਏ ਪਰ ਕੋਰਟ 'ਚ ਨਾ ਕੋਰਟ 'ਚ ਨਹੀਂ ਜਾਣਾ ਪਏਗਾ ਅਸੀਂ ਉਸ ਪਹਿਲੇ ਦੋਨੋਂ ਸਿਚੁਏਸ਼ਨਸ ਦੱਸੋ ਜੇ ਵਿਲ ਹੈਗੀ ਹੈ ਤੇ ਜੇ ਵਿਲ ਨਹੀਂ ਨਹੀਂ ਵਿਲ ਵਿਲ ਨੂੰ ਹੁਣ ਤੁਸੀਂ ਛੱਡ ਦਿਓ ਓਕੇ ਕਿਉਂਕਿ ਜੇ ਵਿਲ ਹੈ ਜਾਂ ਨਹੀਂ ਹੈ ਪ੍ਰੋਬੇਟ ਇਜ਼ ਦੇਅਰ ਠੀਕ ਹੈ ਹਾਓ ਤੁਸੀਂ ਪ੍ਰੋਬੇਟ ਨੂੰ ਅਵੋਇਡ ਕਰ ਸਕਦੇ ਹੋ ਪਰਫੈਕਟ ਸੋ ਅਸੀਂ ਉਸ ਨੂੰ ਟਰਸਟ ਐਗਰੀਮੈਂਟ ਕਹਿੰਦੇ ਹਾਂ ਓਕੇ ਹਾਂਜੀ ਟਰਸਟ ਐਗਰੀਮੈਂਟ ਕੀ ਹੁੰਦਾ ਹੈ ਕਿ ਟਰਸਟ ਐਗਰੀਮੈਂਟ ਔਰ ਟਰਸਟ ਜਿਹੜਾ ਹੈ ਇਸੇ ਨੋਨ ਬਰੀਦਿੰਗ ਪਰਸਨ ਅੱਛਾ ਉਹ ਇੱਕ ਡਾਕੂਮੈਂਟ ਬਣ ਜਾਂਦਾ ਹੈ ਜਿਹੜਾ ਕਿ ਡਾਕੂਮੈਂਟ ਜਿਹਨੂੰ ਤੁਸੀਂ ਇੰਸਟਰਕਸ਼ਨਸ ਦਿੰਦੇ ਹੋ ਡਾਕੂਮੈਂਟ ਨੂੰ ਕਿ ਬਈ ਮੈਂ ਅਤੇ ਮੇਰੀ ਵਾਈਫ ਸਾਡੇ ਦੋ ਬੱਚੇ ਨੇ ਅੱਛਾ ਇਸ ਤਰ੍ਹਾਂ ਹੈ ਕਿ ਸਾਡੇ ਬੱਚੇ ਜਿਹੜੇ ਹੈ ਇਸ ਵੇਲੇ 18 ਸਾਲ ਦਾ ਹੈ ਇੱਕ 15 ਸਾਲ ਦਾ ਹੈ ਇਹਨਾਂ ਨੂੰ ਪੈਸੇ ਜਿਹੜੇ ਹੈ ਉਹ 25 ਸਾਲ ਤੋਂ ਬਾਅਦ ਮਿਲਣ ਜੇ ਅਸੀਂ ਚਲੇ ਗਏ ਇੱਕ ਤਾਂ ਨੰਬਰ ਕੰਡੀਸ਼ਨ ਲਗਾ ਤੀ ਲੇਕਿਨ ਉਦੋਂ ਤੱਕ ਤੁਸੀਂ ਇਹਨਾਂ ਨੂੰ ਫੂਡ ਦੇ ਦਿਓ
ਇਹਨਾਂ ਨੂੰ ਐਜੂਕੇਸ਼ਨ ਦੇ ਦਿਓ, ਇਹਨਾਂ ਨੂੰ ਘਰ ਰਹਿਣ ਲਈ ਦੇ ਦਿਓ, ਸਾਰਾ ਕੁਛ ਨੈਸੈਸਿਟੀਜ਼ ਦੇ ਦਿਓ, ਲੇਕਿਨ ਇਹਨਾਂ ਨੂੰ ਪੈਸਾ ਮਿਲੇਗਾ ਇਹ ਜਦੋਂ ਜਿਹੜੀ ਵੀ ਸਾਡੇ ਐਸੈਟਸ ਨੇ ਉਹ 25 ਸਾਲ 30 ਸਾਲ ਜੋ ਵੀ ਤੁਹਾਡੀ ਕੰਡੀਸ਼ਨ ਹੈ ਉਦੋਂ ਬਾਅਦ ਮਿਲੇਗਾ। ਸੋ ਵਾਟ ਆਈ ਅੰਡਰਸਟੈਂਡ ਇਜ਼ ਟਰਸਟ ਨੂੰ ਤੁਸੀਂ ਇੱਕ ਆਈਡੈਂਟੀ ਦੇ ਰਹੇ ਹੋ, ਮਤਲਬ ਇੱਕ ਹਸਤੀ ਹੈ ਉਹ। ਹਸਤੀ ਹੈ। ਸੋ ਔਰ ਉਹਨੂੰ ਕੁਝ ਕੰਮ ਸੌਂਪ ਰਹੇ ਹੋ। ਕੰਮ ਸੌਂਪ ਰਹੇ ਹੋ, ਬਿਲਕੁਲ। ਓਕੇ, ਅੱਛਾ। ਫਿਰ ਹਸਬੈਂਡ ਐਂਡ ਵਾਈਫ ਉਹ ਪਹਿਲਾਂ ਡਿਊਰਿੰਗ ਦੇਅਰ ਲਾਈਫ ਟਾਈਮ ਖੁਦ ਟਰਸਟੀ ਹੁੰਦੇ ਆ ਆਪਣੇ ਟਰਸਟ ਦੇ। ਠੀਕ ਹੈ। ਅੱਛਾ, ਟਰਸਟ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਰਿਵੋਕੇਬਲ, ਇਰਰਿਵੋਕੇਬਲ। ਰਿਵੋਕੇਬਲ ਹੈ ਜਿਹੜਾ, ਉਸ ਨੂੰ ਤੁਸੀਂ ਡਿਊਰਿੰਗ ਯੂਰ ਲਾਈਫ ਟਾਈਮ ਕੁਛ ਵੀ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ, ਅਮੈਂਡ ਕਰ ਸਕਦੇ ਹੋ, ਬਿਲਕੁਲ ਖਤਮ ਕਰ ਸਕਦੇ ਹੋ, ਜੋ ਵੀ ਤੁਹਾਡਾ ਦਿਲ ਕਰਦਾ। ਇਰਰਿਵੋਕੇਬਲ ਨੂੰ ਨਹੀਂ ਕਰ ਸਕਦੇ ਤੁਸੀਂ। ਉਹ IRS ਨਾਲ ਜੁੜ ਜਾਂਦਾ ਹੈ, ਉਹਦਾ ਟੈਕਸ ID ਨੰਬਰ ਆ ਜਾਂਦਾ ਹੈ। ਉਹ ਅੱਜ ਕੱਲ੍ਹ ਉਹ ਲੋਕ ਨਹੀਂ ਬਣਾਉਂਦੇ ਕਿਉਂਕਿ ਫਿਰ ਉਹਨਾਂ ਦਾ ਕੰਟਰੋਲ ਖਤਮ ਹੋ ਜਾਂਦਾ। ਅੱਛਾ, ਹੁਣ ਤੁਸੀਂ ਟਰੱਸਟ ਬਣਾਤਾ, ਪਹਿਲਾਂ ਤਾਂ ਤੁਸੀਂ ਟੈਸਟੇਟਰ ਹੋ, ਜਿਨ੍ਹਾਂ ਨੇ ਟਰੱਸਟ ਬਣਾਇਆ ਉਹਨੂੰ ਟੈਸਟੇਟਰ ਕਹਿੰਦੇ ਹਾਂ, ਅਸੀਂ ਗਰੰਟਰ ਕਹਿੰਦੇ ਹਾਂ। ਠੀਕ ਹੈ। ਉਹਨੇ ਟਰੱਸਟ ਬਣਾਤਾ, ਉਹਨੇ ਆਪਣੇ ਆਪ ਨੂੰ ਡਿਊਰਿੰਗ ਦ ਲਾਈਫ ਟਰੱਸਟੀ ਬਣਾਤਾ। ਠੀਕ ਹੈ। ਫਿਰ ਉਦੋਂ ਬਾਅਦ ਜੇ ਤਾਂ ਤੁਹਾਡੇ ਬੱਚੇ ਬਾਲਗ ਨੇ, ਫਿਰ ਤੁਸੀਂ ਆਪਣੇ ਬੱਚਿਆਂ ਨੂੰ ਸਕਸੈਸਰ ਟਰੱਸਟੀ ਬਣਾਤਾ ਕਿ ਜੇ ਸਾਨੂੰ ਕੁਛ ਹੋ ਗਿਆ ਸਾਡੇ ਸ਼ੂਜ਼ ਦੇ ਵਿੱਚ ਇਹ ਆ ਜਾਣਗੇ। ਠੀਕ ਹੈ। ਅੱਛਾ, ਜੇ ਉਹ ਬੱਚੇ ਮਾਈਨਰ ਨੇ ਜੀ, ਜਿੱਥੇ ਕਿ ਹੁਣ ਮੈਂ ਤੁਹਾਨੂੰ ਗਾਰਡੀਅਨਸ਼ਿਪ ਦੀ ਗੱਲ ਦੱਸਾਂਗਾ ਜਿਹੜੀ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਜੀ। ਮੰਨ ਲਓ ਕਿ ਤੁਹਾਡੇ ਬੱਚੇ ਹੈ 18 ਸਾਲ ਤੋਂ ਥੱਲੇ ਨੇ। ਅੱਛਾ, ਹੁਣ ਤੁਸੀਂ ਉਹਨਾਂ ਨੂੰ ਤਾਂ ਬਣਾ ਨਹੀਂ ਸਕਦੇ ਸਕਸੈਸਰ ਟਰੱਸਟੀ, ਹੁਣ ਤੁਹਾਨੂੰ ਦੋਨਾਂ ਨੂੰ ਕੁਛ ਹੋ ਜਾਏ ਹਸਬੈਂਡ ਵਾਈਫ ਨੂੰ, ਤਾਂ ਕੀ ਕਰੋਗੇ ਫਿਰ ਤੁਸੀਂ? 2 adult persons ਫਾਈਂਡ ਇਟ, ਯੂਰ ਬ੍ਰਦਰ, ਸਿਸਟਰ, ਐਨੀਬਾਡੀ, ਅਸੀਂ ਵੀ ਹੋ ਸਕਦੇ ਹਾਂ, CPA ਵੀ ਹੋ ਸਕਦੇ ਨੇ, ਜਿਹੜੇ ਵੀ ਪ੍ਰੋਫੈਸ਼ਨਲ, ਜੋ ਵੀ ਤੁਸੀਂ ਜਿਹਨੂੰ ਵੀ ਬਣਾਉਣਾ ਚਾਹੋ। ਸੋ ਯੂ ਅਪੁਆਇੰਟ ਸਮਵਨ ਐਲਸ, ਹਾਂਜੀ, ਟੂ ਟੇਕ ਕੇਅਰ। ਹਾਂਜੀ, ਹੁਣ ਜਿਹੜਾ ਜਦੋਂ ਤੁਹਾਡਾ ਤੁਹਾਨੂੰ ਕੁਝ ਹੋਇਆ, ਦੈਨ ਦੇ ਬਿਕਮ ਗਾਰਡੀਅਨ ਆਫ ਦ ਚਿਲਡਰਨ। ਓਕੇ, ਇਨ ਅ ਵੇ ਗੋਟ ਇਟ। ਅੱਛਾ, ਉਹ ਸਕਸੈਸਰ ਟਰਸਟੀ ਨੇ ਤੁਸੀਂ ਉਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਪਲੀਜ਼ ਟੇਕ ਕੇਅਰ ਆਫ ਦਿਸ, ਆਈ ਮੀਨ ਦੀਸ 2 children, ਇਹਨਾਂ ਨੂੰ ਫੂਡ ਦਿਓ, ਲੌਜ ਦਿਓ, ਆਲ ਦੈਟ ਥਿੰਗਸ। ਹੁਣ ਤੁਸੀਂ ਇੱਕ ਅਪੁਆਇੰਟ ਕਰਤਾ ਤਾਂ ਕੋਰਟ ਵਿਲ ਐਕਸੈਪਟ ਕਿ ਤੁਸੀਂ ਤਾਂ ਇਹਨਾਂ ਨੇ ਗਾਰਡੀਅਨ ਅਪੁਆਇੰਟ ਕਰਤੇ, ਔਰ ਦੈਟਸ ਅ ਲੀਗਲ ਡਾਕੂਮੈਂਟ। ਅੱਛਾ, ਫਿਰ ਕੀ ਹੁੰਦਾ ਕਿ ਸੋ ਮਤਲਬ ਹੈ ਤੁਹਾਡੇ ਬੱਚਿਆਂ ਦਾ, ਬਟ ਉਹ ਟੇਕ ਦੇ ਹੈਵ ਅ ਫਿਡਿਊਸ਼ਰੀ ਡਿਊਟੀ, ਉਹ ਸਿਰਫ ਫਿਡਿਊਸ਼ਰੀ ਡਿਊਟੀ ਕਰਦੇ ਜਿਸ ਤਰ੍ਹਾਂ ਐਡਮਿਨਿਸਟ੍ਰੇਟਰ ਸੀ ਨਾ ਵਿਲ ਦੇ ਵਿੱਚ, ਇੱਥੇ ਸਕਸੈਸਰ ਟਰਸਟੀ। ਅੱਛਾ, ਜੇ ਤੁਹਾਡੇ ਬੱਚੇ ਬਾਲਗ ਨੇ, ਹੁਣ ਉਹ ਕੀ ਤੁਸੀਂ ਕੰਡੀਸ਼ਨ ਲਗਾਈ ਹੈ 25 ਸਾਲ ਦੀ, ਉਹ 22 ਸਾਲ ਦੇ ਨੇ, ਜਦੋਂ 25 ਸਾਲ ਦੇ ਹੋਣਗੇ, right, they can sell the property, they can convert the property to themselves, okay, file a final tax return, hmm, and dispose of the trust. Achha. Achha, hun tusi dekho, tusi kise nahi gaye, tusi court ch nahi gaye, kuch nahi gaye, tuhade jehde successor trustee hai unna nu unna hi right hai, hmm, jinna tuhanu si jis vele tusi jeende si, okay, kyunki oh successor trustee ne. Yeah. Achha, hun ਇਹ ਜਿਹੜਾ ਪਰਟੀਕੁਲਰ ਟੂਲ ਹੈ, ਵੀ ਆਰ ਟਾਕਿੰਗ ਅਬਾਊਟ ਟਰੱਸਟ, ਇਸ ਅ 400+ year old ਇਨ ਦਿਸ ਕੰਟਰੀ। ਠੀਕ ਹੈ। ਅੱਜ ਕੱਲ੍ਹ ਕੀ ਹੈ, ਕੋਰਟਸ ਵੀ ਰਿਕਮੈਂਡ ਕਰਦੀਆਂ ਕਿਉਂਕਿ ਦੇ ਆਰ ਓਵਰਲੋਡਡ, ਦੇ ਡੋਂਟ ਵਾਂਟ ਯੂ ਟੂ ਕਮ ਫੋਰ ਪ੍ਰੋਬੇਟ ਬਿਕੋਜ ਇਟਸ ਟੂ ਮੱਚ ਗੋਇੰਗ ਔਨ। ਅੱਛਾ, ਕਿਉਂਕਿ ਦੇਖੋ ਇਹ ਸਫ਼ਰ ਹੈ, ਚੱਲਦਾ ਹੈ, ਕਿੰਨੇ ਲੋਕ ਜਾ ਰਹੇ ਨੇ, ਕਿੰਨੇ ਹਰ ਇੱਕ ਦੀ ਹਰ ਰੋਜ਼ ਕਿੰਨੀਆਂ ਸਟੇਟ ਖੁੱਲਦੀਆਂ ਨੇ। ਬਿਲਕੁਲ। ਅੱਛਾ, ਜੇ ਤੁਸੀਂ ਇਹ ਟਰੱਸਟ ਨੂੰ ਬਣਾ ਲੈਂਦੇ ਹੋ, ਪਹਿਲੀ ਗੱਲ ਤਾਂ ਇਹ ਹੈ ਕਿ ਅਟਰਨੀ ਫੀਸ ਤੁਸੀਂ ਅਵੋਇਡ ਕਰ ਲਈ, ਕਿਉਂਕਿ ਜਿਸ ਵੇਲੇ ਬਣਾਓਗੇ, ਦੇਖੋ ਇਹ 'ਚ ਥੋੜ੍ਹਾ ਜਿਹਾ ਅਟਰਨੀ ਫੀਸ 'ਤੇ ਥੋੜ੍ਹੇ ਜਿਹੇ ਜ਼ਿਆਦਾ ਪੈਸੇ ਲੱਗ ਜਾਂਦੇ ਕਿਉਂਕਿ ਵੱਡਾ ਲਾਰਜ ਡਾਕੂਮੈਂਟ ਹੁੰਦਾ, ਲੇਕਿਨ ਜਿਹੜੇ ਤੁਸੀਂ ਵਿਲ ਦੇ ਦੇਣੇ ਆ ਉੱਥੇ ਪ੍ਰੋਬੇਟ 'ਚ, ਉਹ ਬਹੁਤ ਹੀ ਜ਼ਿਆਦਾ ਹੁੰਦੇ ਆ। ਓਕੇ, ਠੀਕ ਹੈ ਕਿ ਨਹੀਂ? ਅੱਛਾ, ਫਿਰ ਸੈਕਿੰਡ ਕੀ ਹੋਇਆ, ਤੁਸੀਂ ਉਹ ਲੈਂਥ ਤੋਂ ਬਚ ਗਏ, ਸੇਫਟੀ ਵੀ, ਸੇਫਟੀ ਹੈ, ਪੀਸ ਆਫ ਮਾਈਂਡ ਹੈ, ਤੁਹਾਡੇ ਬੱਚੇ ਪ੍ਰੋਟੈਕਟਡ ਹੋ ਗਏ, ਚਾਹੇ ਉਹ ਮਾਈਨਰ ਨੇ ਚਾਹੇ ਨਹੀਂ ਮਾਈਨਰ ਨੇ, ਤੁਹਾਨੂੰ ਪਤਾ ਹੈ ਕਿ ਸਮਬਡੀ ਇਜ਼ ਦੇਅਰ, ਦੇ ਵਿਲ ਟੇਕ ਕੇਅਰ ਆਫ ਦੈਟ। ਅੱਛਾ, ਹੁਣ ਤੁਸੀਂ ਦੱਸੋ, ਇਹ ਜਿਹੜਾ ਟਰੱਸਟ ਹੈ, ਲੇਕਿਨ ਇਸ ਨੂੰ ਤੁਹਾਨੂੰ ਡਿਸਪੋਜ਼ ਆਫ ਕਰਨਾ, ਕਿਉਂਕਿ ਦੱਸਿਆ ਸੀ ਨਾ ਬ੍ਰੀਥ ਲੈ ਸਕਦੇ, ਲੇਕਿਨ ਇਹਨੂੰ ਮਾਰਨਾ ਵੀ ਅਸੀਂ, ਫਿਨਿਸ਼ ਵੀ ਕਰਨਾ। ਸੋ ਜਿਸ ਵੇਲੇ ਪ੍ਰੋਪਰਟੀ ਅਕੋਰਡਿੰਗ ਟੂ ਦੇਅਰ ਵਿਸ਼ਿਸ, ਜਿਹੜੇ ਟੈਸਟੇਟਰ ਨੇ, ਗਰਾਂਟਰ ਹੈ, ਉਹ ਵੰਡੀ ਜਾਂਦੀ ਹੈ, ਡਿਸਪੋਜ਼ ਆਫ ਹੋ ਜਾਂਦੀ ਹੈ, ਫਿਰ ਟਰੱਸਟ ਇਜ਼ ਨੋ ਮੋਰ ਗੁੱਡ, ਯੂ ਹੈਵ ਟੂ ਡੂ ਇਟ, ਡਿਸੋਲਵ ਕਰ ਦਿੰਦੇ ਹੋ ਫਿਰ? ਹਾਂਜੀ, ਬਿਕੋਜ਼ ਯੂ ਕੈਨੋਟ ਕੰਟੀਨਿਊ ਵਿਦ ਇਟ, ਯੂ ਹੈਵ ਟੂ ਡਿਸੋਲਵ ਇਟ, ਦੇਰ ਸ਼ੁੱਡ ਬੀ ਅ ਪੁਆਇੰਟ, ਜਿਵੇਂ 25 ਸਾਲ ਦੇ ਹੋ ਗਏ ਉਦੋਂ ਖਤਮ ਹੋ ਗਿਆ, ਫਿਰ ਉਹਦੀ ਫਾਈਨਲ ਟੈਕਸ ਰਿਟਰਨ ਭਰ ਕੇ, ਦੈਨ CPA ਵਿਲ ਟੇਕ ਇਟ ਫਰੋਮ ਦੇਅਰ ਐਂਡ ਦੇ ਵਿਲ ਫਿਨਿਸ਼ ਇਟ ਅਪ। ਅੱਛਾ, ਹੁਣ ਇਹ ਤਾਂ ਹੋ ਗਿਆ ਨਾ ਟਰੱਸਟ ਐਗਰੀਮੈਂਟ, ਨਟਸ਼ਾਲ ਦੇ ਵਿੱਚ ਮੈਂ ਦੱਸਿਆ। ਵੈਸੇ ਇਹ ਕਈ ਲੋਕਾਂ ਦਾ ਬਹੁਤ ਸਵਾਲ ਹੁੰਦਾ ਹੈ ਕਿ ਸਾਨੂੰ ਬਣਾਉਣਾ ਕਿਦੋਂ ਚਾਹੀਦਾ। ਦੇਖੋ ਇਹ ਸਰ, ਕਈ ਲੋਕਾਂ ਦੇ ਜਿਹੜੇ ਯੰਗ ਹੁੰਦੇ ਆ, ਜਿਹੜੇ ਹਜੇ ਮੈਰਿਜ ਹੋਈ ਹੈ,
ਛੋਟੇ ਛੋਟੇ ਬੱਚੇ ਨੇ ਲੇਕਿਨ ਇਨਕਮ ਇਜ਼ ਗੁੱਡ, ਐਸੈਟਸ ਆਰ ਗੁੱਡ, ਲੇਕਿਨ ਤੁਸੀਂ ਉਹ ਇਹ ਨਹੀਂ ਸੋਚਣਾ ਕਿ ਟਰੱਸਟ ਜਿਹੜਾ ਹੈ ਜਾਂ ਵਿਲ ਹੈ ਜਿਹੜੀ ਉਹ 50-60 ਸਾਲ ਤੋਂ ਬਾਅਦ ਹੀ ਬਣਾਉਣੀ ਹੈ, ਨਾ ਇਹ ਉਦੋਂ ਹੀ ਬਣਾਉਣੀ ਹੈ ਜਿਸ ਵੇਲੇ ਤੁਸੀਂ ਰਿਸਪੋਂਸੀਬਲ ਹੋ ਗਏ ਕਿਸੇ ਦੇ ਲਈ, ਆਪਣੇ ਲਈ ਵੀ ਬੱਚਿਆਂ ਲਈ ਵੀ, ਕਿਉਂਕਿ ਹਾਂ ਸੋ ਕੋਈ ਲਿਮਿਟ ਹੈਗੀ ਇਹਦੀ, ਜਿਵੇਂ ਤੁਸੀਂ ਕਿਹਾ 25 ਸਾਲ ਹੋ ਗਿਆ ਜਾਂ ਕੋਈ ਕਿੰਨੀ ਦੇਰ ਲਾਈਵ ਰਹਿ ਸਕਦੀ? ਮੈਂ ਦੱਸਦਾ ਤੁਹਾਨੂੰ ਕਿ ਜਿਹੜਾ ਅਮੈਰੀਕਨ ਸਿਸਟਮ ਹੈ, ਅਮੈਰੀਕਨ ਸਿਸਟਮ ਜਿਸ ਵੇਲੇ ਅਸੀਂ ਲਾਅ ਸਕੂਲ 'ਚ ਪੜ੍ਹਦੇ ਸੀ ਉਸ ਵੇਲੇ ਜਿਸ ਵੇਲੇ ਅਸੀਂ ਸਟੇਟ ਪਲੈਨਿੰਗ ਦਾ ਕੋਰਸ ਕਰਦੇ ਸੀ ਉਹਦੇ 'ਚ ਰੱਖਿਆ ਹੁੰਦਾ ਸੀ ਕਿ ਜਦੋਂ ਤੱਕ ਮੇਰਾ ਬੱਚਾ ਡਾਕਟਰ ਨਹੀਂ ਬਣਦਾ, ਉਹ ਐਸੀ ਐਸੀ ਕੰਡੀਸ਼ਨ ਲਗਾਉਂਦੇ ਸੀ, ਪ੍ਰੋਪਰਟੀ ਐਂ ਪਈ ਰਹਿੰਦੀ ਸੀ। ਲੇਕਿਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਤੁਹਾਨੂੰ ਬਹੁਤ ਸਿੰਪਲ ਰੱਖਣਾ ਚਾਹੀਦਾ, ਕਿਉਂਕਿ ਜੇ ਤੁਸੀਂ ਕੁਝ ਕਮਾਇਆ ਹੈ ਕਿਸੇ ਦੇ ਕੰਮ ਵੀ ਆਵੇ ਅੱਗੇ, ਆਈ ਨੋ ਇਟ ਸ਼ੁਡ ਬੀ, ਹਾਂ ਕੀ ਫਾਇਦਾ ਹੋਇਆ ਜੇ ਉਹਦੇ ਕੋਲ ਉਹਦੀ ਛੱਤ ਹੈਗੀ ਹੈ, ਦੈਟਸ ਅ ਡਿਫਰੈਂਟ। ਤੁਸੀਂ ਕਈ ਐਸੀ ਪ੍ਰਾਪਰਟੀਆਂ ਦੇਖੀਆਂ ਹੋਣੀਆਂ ਵੱਡੀਆਂ ਵੱਡੀਆਂ ਜਿਹੜੀਆਂ ਵੈਸੇ ਪਈਆਂ, ਉਹ ਇਸ ਤਰ੍ਹਾਂ ਫਸੀਆਂ ਹੁੰਦੀਆਂ ਟਰੱਸਟ ਦੇ ਵਿੱਚ। ਅੱਛਾ, ਉਹ ਫਿਰ ਉਹ ਕੋਰਟ 'ਚ ਕੇਸ ਚੱਲਦੇ ਨੇ, ਫਿਰ ਉਦੋਂ ਬਾਅਦ ਉਹ ਰਿਜ਼ੋਲਵ ਹੁੰਦੇ। ਇਸ ਤਰ੍ਹਾਂ ਦੀ ਕੰਡੀਸ਼ਨ ਤੁਸੀਂ ਪਾਈ ਹੈ? ਕੰਡੀਸ਼ਨ ਇਟ ਸ਼ੁਡ ਬੀ ਵੈਰੀ, ਦੇਖੋ ਜਿਸ ਵੇਲੇ ਤੁਸੀਂ ਟਰੱਸਟ ਬਣਾਉਂਦੇ ਹੋ, ਵਿਲ ਬਣਾਉਂਦੇ ਹੋ, ਇਸ ਉਹ ਤੁਹਾਡੀ ਡੈਥ ਤੋਂ ਬਾਅਦ ਵੈਲਿਡ ਹੋਣੀ ਹੈ, ਠੀਕ ਹੈ ਨਾ, ਸਪੈਸ਼ਲੀ ਵਿਲ। ਠੀਕ ਹੈ, ਜੇ ਉਹ ਸਿੰਪਲ ਨਹੀਂ ਹੈ ਤੁਸੀਂ ਉੱਥੇ ਨਹੀਂ ਹੋ ਐਕਸਪਲੇਨ ਕਰਨ ਲਈ, ਸੋ ਇਟ ਸ਼ੁਡ ਬੀ ਵੈਰੀ ਕਲੀਅਰ, ਵੈਰੀ ਸਿੰਪਲ, ਨੋ ਮਤਲਬ ਕੰਡੀਸ਼ਨਸ ਲਗਾ ਦਿਓ ਕਿ ਚਲੋ ਵੀ 4 ਈਅਰ ਆਫ ਕਾਲਜ, ਜਾਂ ਲਗਾ ਦਿਓ ਕਿ 25 ਸਾਲ ਹੋ ਗਏ, ਪਰ ਕਿਉਂਕਿ 25 ਸਾਲ ਤੱਕ ਕੀ ਹੁੰਦਾ ਕਿ ਬੱਚਾ ਜਿਹੜਾ ਹੈ ਉਹ ਰੀਜ਼ਨੇਬਲੀ ਅੰਡਰਸਟੈਂਡ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਰਿਸਪੋਂਸੀਬਲ ਹੋ ਜਾਂਦਾ ਹੈ। ਸੋ ਇਸ ਕਰਕੇ ਟਰੱਸਟ ਇਜ਼ ਦਾ ਓਨਲੀ ਵੇ ਟੂ ਡੂ ਦੈਟ, ਵੀ ਕੈਨ ਅਵੋਇਡ ਪ੍ਰੋਬੇਟ। ਬਹੁਤ ਵਧੀਆ, ਇੱਥੇ ਮੈਨੂੰ ਇਹ ਵੀ ਧਿਆਨ ਆ ਰਿਹਾ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਦੇਖ ਰਹੇ ਹਾਂ, ਵਿਚ ਇਜ਼ ਅਨਫੋਰਚੁਨੇਟ, ਕਿੰਨਾ ਜ਼ਿਆਦਾ ਡਿਵੋਰਸ ਰੇਟ ਵਧਿਆ ਹੋਇਆ। ਸੋ ਅਸੀਂ ਦੋ ਯੂ ਨੋ ਹਸਬੈਂਡ ਵਾਈਫ ਕਿਸੇ ਨੇ ਬਣਾ ਤੇ ਲਈ, ਐਂਡ ਲੇਟਰ ਔਨ ਮੈਰਾਈਟਲ ਕੰਡੀਸ਼ਨ ਬਦਲ ਗਈ, ਸਿਚੁਏਸ਼ਨ ਬਦਲ ਗਈ। ਸੋ ਫਿਰ ਕੀ ਕਰਾਂਗੇ, ਜ਼ਰੂਰ ਹੋਰ ਜਾਣਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹਾਂਜੀ, ਵੈਲਕਮ ਬੈਕ। ਅਸੀਂ ਪੁੱਛ ਰਹੇ ਸੀ ਪਟਾਰੀ ਸਾਹਿਬ ਤੁਹਾਨੂੰ ਕਿ ਯੂ ਨੋ ਸਿਚੁਏਸ਼ਨ ਤੁਸੀਂ ਬਚਾ ਲਿਆ, ਬੱਚਿਆਂ ਨੂੰ ਬਚਾ ਲਿਆ, ਸਾਰਾ ਕੁਛ ਕਰ ਲਿਆ, ਆਪਣੇ ਐਸੈਟਸ ਨੂੰ ਬਚਾ ਲਿਆ, ਬਟ ਸਿਚੁਏਸ਼ਨ ਹੀ ਬਦਲ ਗਈ। ਅਗਰ ਯੂ ਨੋ ਨੋਬਡੀ ਨੋਜ਼ ਫਿਊਚਰ 'ਚ ਕੀ ਹੈਗਾ, ਅਗਰ ਆਪਸ 'ਚ ਲੜ ਪਏ ਫਿਰ ਕੀ ਸਿਚੁਏਸ਼ਨ ਹੈ, ਫਿਰ ਕਿਸ ਤਰ੍ਹਾਂ ਬਚਣਗੇ ਬੱਚੇ ਵੀ ਅਤੇ ਆਪਣੇ ਐਸੈਟਸ ਵੀ, ਔਰ ਹਾਊ ਡੂ ਯੂ ਸੇਵ ਯੂਰ ਸੈਲਫ? ਹਾਂਜੀ, ਡਾਈਵੋਰਸ ਦੇ ਵਿੱਚ ਫਸਟ ਆਫ ਆਲ ਇਸ ਨਾਈਟਮੇਅਰ ਇਟਸੈਲਫ, ਇਟਸ ਨਾਟ ਏ ਰੋਜ਼ੀ ਸਿਚੁਏਸ਼ਨ ਵੈਨ ਡਾਈਵੋਰਸ ਆ ਜਾਂਦਾ ਹੈ, ਲੇਕਿਨ ਲਾਈਫ ਹੈ, ਜ਼ਿੰਦਗੀ ਹੈ, ਲਾਈਫ ਗੋਜ਼ ਔਨ। ਅੱਛਾ, ਕੀ ਹੁੰਦਾ ਕਿ ਜਿਸ ਵੇਲੇ ਕਈ ਸਟੇਟਸ ਤਾਂ ਇਸ ਤਰ੍ਹਾਂ ਦੀਆਂ ਹੈ ਜਿੱਥੇ ਕਿ ਤੁਹਾਡਾ ਟਰੱਸਟ ਐਗਰੀਮੈਂਟ ਵੈਸੇ ਅਵੋਇਡ ਹੋ ਜਾਂਦਾ ਹੈ। ਅੱਛਾ, ਕਿਉਂਕਿ ਦੋਨਾਂ ਨੇ ਬਣਾਇਆ ਸੀ? ਹਾਂਜੀ, ਦੋਨਾਂ, ਸੋ ਇਟਸ ਵੋਇਡ, ਰਾਈਟ, ਓਕੇ। ਲੇਕਿਨ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਪ੍ਰੋਪਰਟੀਜ਼ ਨੂੰ ਟਰੱਸਟ ਨੂੰ ਫੰਡ ਕਰ ਦਿੰਦੇ ਹੋ, ਜਿਹੜਾ ਕਿ ਬਹੁਤ ਇੰਪੋਰਟੈਂਟ ਹੈ। ਟਰੱਸਟ ਨੂੰ ਫੰਡ ਨਹੀਂ ਕਰੋਗੇ ਤਾਂ ਟਰੱਸਟ ਕੋਲ ਕੁਝ ਜਾਏਗਾ ਨਹੀਂ, ਉਹ ਦੇਗਾ ਕੀ? ਰਾਈਟ। ਇਸ ਕਰਕੇ ਕਈ ਵਾਰ ਤੁਸੀਂ ਆਪਣਾ ਘਰ ਉਹਦੇ ਟਰੱਸਟ ਦੇ ਨਾਮ ਕਰ ਦਿੰਦੇ ਹੋ, ਐਜ਼ ਅ ਟਰੱਸਟੀ ਤੁਸੀਂ ਓਨਰ ਹੋ ਜਾਂਦੇ ਹੋ ਜੀ, ਬਿਜ਼ਨਸ ਕਰ ਦਿੰਦੇ ਹੋ, ਸੋ ਮੈਨੀ ਚੀਜ਼ਾਂ। ਫਿਰ ਕੀ ਹੁੰਦਾ ਜਿਸ ਵੇਲੇ ਤੁਸੀਂ ਡਾਈਵੋਰਸ ਲੈਂਦੇ ਹੋ, ਉਸ ਵੇਲੇ ਓਬਵੀਅਸਲੀ ਕੋਰਟ ਵੀ ਕਾਲ ਸੈਪਰੇਸ਼ਨ ਐਗਰੀਮੈਂਟ। ਸੈਪਰੇਸ਼ਨ ਐਗਰੀਮੈਂਟ ਬਿਨਾਂ ਡਾਈਵੋਰਸ ਨਹੀਂ ਹੋ ਸਕਦਾ, ਕਿਉਂਕਿ ਤੁਹਾਡੇ ਦੋਨਾਂ ਪਾਰਟੀਜ਼ ਨੂੰ ਆਪਸ 'ਚ ਫੈਸਲਾ ਕਰਨਾ ਪਏਗਾ ਕਿ ਬੱਚਾ ਕੌਣ ਰੱਖੇਗਾ, ਉਹਦੀ ਐਲਮਨੀ ਕੌਣ ਦੇਗਾ, ਉਹਦੀ ਸਪੋਰਟ ਕੌਣ ਦੇਗਾ, ਘਰ ਕੌਣ ਲਏਗਾ, ਉਹ ਘਰ ਕੌਣ ਲਏਗਾ, ਜੋ ਵੀ ਐਸੈਟਸ ਹੈ, ਇਸ ਡਿਸਟ੍ਰੀਬਿਊਸ਼ਨ ਇਟਸੈਲਫ। ਸੋ ਉਹ ਜਿਹੜਾ ਸੈਪਰੇਸ਼ਨ ਐਗਰੀਮੈਂਟ ਹੈ, ਜਿਹੜੇ ਦੋਨੋਂ ਅਟਰਨੀਸ ਨੇ ਜਾਂ ਸਪਾਊਸ ਦੈਮਸੈਲਫ, ਦੇ ਫਿਗਰ ਇਟ ਆਊਟ ਐਂਡ ਦੈਨ ਦੇ ਮੇਕ ਦ ਸੈਪਰੇਸ਼ਨ ਐਗਰੀਮੈਂਟ ਐਂਡ ਦੇ ਪ੍ਰਜੈਂਟ ਇਨ ਦਾ ਕੋਰਟ। ਫਿਰ ਜੱਜ ਜਿਹੜਾ ਹੈ ਦੇਖ ਲੈਂਦਾ ਕਿ ਠੀਕ ਹੈ, ਐਵੇਂ ਕਿਸੇ ਦੇ ਨਾਲ ਕੋਈ ਗਲਤ ਤਾਂ ਨਹੀਂ ਹੋਇਆ, ਜਾਂ ਫਿਰ ਉਹ ਸੈਪਰੇਸ਼ਨ ਐਗਰੀਮੈਂਟ ਜਿਹੜਾ ਰੂਲ ਦਾ ਵਰਡ ਦੈਨ। ਉਹ ਫਿਰ ਜੇ ਤੁਹਾਡਾ ਕੋਈ ਟਰੱਸਟ ਐਗਰੀਮੈਂਟ ਹੈ, ਤੁਸੀਂ ਆਪਣਾ ਘਰ ਟਰੱਸਟ ਦੇ ਨਾਂ ਪਾਇਆ ਹੋਇਆ, ਫਿਰ ਦੈਨ ਦੇ ਵਿਲ ਟ੍ਰਾਂਸਫਰ ਦੈਟ ਪ੍ਰੋਪਰਟੀ ਟੂ ਦੀ ਈਚ ਸਪਾਊਸ, ਔਰ ਜਿਹਨੂੰ ਵੀ ਜਾਂ ਵੇਚਣੀ ਹੈ, ਵੇਚ ਕੇ ਪੈਸੇ ਆਉਣੇ ਹੈ, ਜੋ ਵੀ ਹੈ, ਜਾਂ ਫਿਰ ਬੱਚੇ ਜਿਹੜੇ ਹੈ, ਫੋਰ ਐਗਜ਼ਾਮਪਲ ਕਈ ਵਾਰੀ ਕੀ ਹੁੰਦਾ, ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਹੁੰਦੀ ਹੈ, ਉਹ ਵੀ ਉਹਦੇ 'ਚ ਲਿਖਿਆ ਜਾਂਦਾ ਕਿ ਲਾਈਫ ਇੰਸ਼ੋਰੈਂਸ ਜਿਹੜੀ ਹੈ ਇੰਟੈਕਟ ਰਹੇਗੀ, ਬੱਚੇ ਜਿਹੜੇ ਹੈ ਬੈਨੀਫਿਸ਼ਰੀ ਰਹਿਣਗੇ ਆਲ ਉਮਰ, ਅਤੇ ਉਹ ਫਿਰ ਉਸ ਜਿਹੜਾ ਦੈਨ ਜਿਹੜਾ ਸੈਪਰੇਸ਼ਨ ਐਗਰੀਮੈਂਟ ਹੈ, ਇਹ ਰੂਲਸ ਦੈਟ ਓਵਰ ਰੂਲ ਤੁਹਾਡਾ ਜਿਹੜਾ ਟਰੱਸਟ ਹੈ। ਸੋ ਇਸ ਪੁਆਇੰਟ 'ਤੇ ਅਗਰ ਅਸੀਂ ਡਿਸੋਲਵ ਕਰਨਾ ਚਾਹੀਏ,
ਹੋਏਗਾ, ਬਿਲਕੁਲ ਹੋਏਗਾ, ਕਿਉਂਕਿ ਨੰਬਰ 1 ਇਹ ਤਾਂ ਰਿਵੋਕੇਬਲ ਹੈ, ਕਿਉਂਕਿ ਤੁਹਾਡੇ ਕੋਲ ਪਾਵਰਸ ਨੇ, ਯੂ ਕੈਨ ਰਿਵੋਕ ਇਟ ਨਾਉ। ਨੰਬਰ 3 ਬਾਏ ਲਾਅ ਨਾਓ ਔਰ ਬਾਏ ਰੈਗੂਲੇਸ਼ਨ, ਬਾਏ ਤੁਹਾਡਾ ਸੈਪਰੇਸ਼ਨ ਐਗਰੀਮੈਂਟ, ਜਿਹੜਾ ਕਿ ਕਿਉਂਕਿ ਤੁਸੀਂ ਦੇਰ ਇਜ਼ ਨੋ ਜੁਆਇੰਟ ਆਈ ਮੀਨ ਟੁਗੈਦਰਨੈਸ ਨਹੀਂ ਹੈ, ਇਸ ਕਰਕੇ ਉਸ ਨੂੰ ਤੁਹਾਨੂੰ ਬਿਲਕੁਲ ਉਹਦੇ ਮੁਤਾਬਕ ਚੱਲਣਾ ਪਏਗਾ। ਸਰ ਇੱਕ ਹੋਰ ਸਿਚੁਏਸ਼ਨ ਮੇਰੇ ਪਿੱਛੇ ਕਿਸੇ ਦੀ ਹੋਈ ਹੈ ਕਿ ਦੋਨੋਂ ਪ੍ਰੋਫੈਸ਼ਨਲਸ ਹੈ, ਦੋਨਾਂ ਨੇ ਪਹਿਲੇ ਹੀ ਅਗਰੀਮੈਂਟ ਕੀਤਾ ਹੋਇਆ ਸੀ ਕਿ ਆਪਣੇ ਆਪਣੇ ਫਾਈਨੈਂਸਿਸ ਵੱਖਰੇ ਰੱਖੇ ਹੋਏ ਸੀ, ਠੀਕ ਹੈ। ਈਵਨ ਦੈਨ ਫਿਰ ਵੀ ਡਿਵੋਰਸ ਹੋਇਆ ਅਤੇ ਵਾਈਫ ਨੇ ਜਿਹੜਾ ਹਸਬੈਂਡ ਨੂੰ ਪਾਵਰ ਆਫ ਅਟਰਨੀ ਦਿੱਤੀ ਹੋਈ ਸੀ ਕਿ ਯੂ ਨੋ ਭਾਵੇਂ ਅਸੀਂ ਅਲੱਗ ਅਲੱਗ ਰੱਖੇ ਹੋਏ ਹਾਂ, ਬਟ ਯੂ ਕੈਨ ਟੇਕ ਦਿਸ। ਉਹ ਫਿਰ ਕੀ ਹੁੰਦਾ ਹੈ ਉਹਦੇ 'ਚ? ਬਿਲਕੁਲ, ਪਾਵਰ ਆਫ ਅਟਰਨੀ, ਪਾਵਰ ਆਫ ਅਟਰਨੀ ਡਾਈਜ਼ ਵਿਦ ਦ ਪਰਸਨ। ਅੱਛਾ, ਇਟਸ ਵੈਲਿਡ ਡਿਊਰਿੰਗ ਲਾਈਫ ਟਾਈਮ। ਅੱਛਾ, ਦੈਟਸ ਵਨ, ਯੂ ਕੈਨਟ ਰਿਵੋਕ ਦੈਟ? ਨੋ, ਯੂ ਕੈਨ ਐਬਸੋਲੂਟਲੀ। ਪਾਵਰ ਆਫ ਅਟਰਨੀ ਦਾ ਮਤਲਬ ਇਹ ਹੈ ਕਿ ਤੁਸੀਂ ਸਰਟਨ ਪਾਵਰਸ ਕਿਸੇ ਨੂੰ ਦਿੰਦੇ ਹੋ ਕਿ ਇਫ ਆਈ ਐਮ ਨੋਟ ਅਵੇਲੇਬਲ ਔਰ ਇਫ ਆਈ ਐਮ ਇਨਕੇਪੇਬਲ ਤਾਂ ਮੇਰੀ ਜਗ੍ਹਾ 'ਤੇ ਤੁਸੀਂ ਉਸ ਨੂੰ ਫੰਕਸ਼ਨ ਕਰੋਗੇ, ਠੀਕ ਹੈ। ਨਾਓ ਸਿੰਸ ਦ ਡਾਈਵੋਰਸ ਇਜ਼ ਹੈਪਨ, ਡੈਫੀਨੇਟਲੀ ਵੀ ਰਿਕਮੈਂਡ ਕਿ ਉਸ ਨੂੰ ਰਿਵੋਕ ਕਰ ਦਿੱਤਾ ਜਾਵੇ, ਲੇਕਿਨ ਰਿਵੋਕ ਕਰਨ ਦਾ ਬਹੁਤ ਇੰਪੋਰਟੈਂਟ ਚੀਜ਼ ਆ, ਉਸਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ ਕਿ ਕਿਉਂਕਿ ਕਈ ਵਾਰੀ ਕੀ ਹੁੰਦੀ ਹੈ, ਪਾਵਰ ਆਫ ਅਟਰਨੀ ਤੁਸੀਂ ਦੇ ਤੀ, ਤੁਸੀਂ ਉਹਨਾਂ ਨੂੰ ਨੋਟਿਸ ਨਹੀਂ ਦਿੱਤਾ, ਤਾਂ ਉਹ ਹਾਂਜੀ, ਯੂ ਹੈਵ ਟੂ ਗਿਵ ਨੋਟਿਸ ਟੂ ਦ ਪਰਸਨ ਜਿਹਨੂੰ ਤੁਸੀਂ ਪਾਵਰ ਯੂਜ਼ ਕਰ ਲਿਆ ਐਂਡ ਯੂ ਆਰ ਨਾਟ ਥਿੰਕਿੰਗ ਅਬਾਊਟ ਇਟ। ਹਾਂਜੀ, ਸੋ ਯੂ ਹੈਵ ਟੂ ਰਿਵੋਕ ਇਟ ਪ੍ਰੋਪਰਲੀ, ਠੀਕ ਹੈ, ਪ੍ਰੋਸੀਜਰਲੀ। ਤੁਹਾਡੇ ਕੋਲ ਜਿਹੜੀ ਓਰੀਜਨਲ ਹੈ ਉਸਨੂੰ ਡਿਸਟਰੋਏ ਕਰੋ, ਕਾਪੀ ਹੈ ਉਸਨੂੰ ਡਿਸਟਰੋਏ ਕਰੋ, ਉਹਨਾਂ ਨੂੰ ਨੋਟਿਸ ਦਿਓ ਕਿ ਯੂ ਆਰ ਨਾਟ ਰਿਟਰਨਿੰਗ ਇਨ ਫੈਕਟ ਐਨੀ ਮੋਰ। ਬਹੁਤ ਸਮਾਲ ਬਿਜ਼ਨਸ ਓਨ ਕਰਦੇ ਨੇ ਲੋਕ, ਸਬਵੇ ਹੋਇਆ, 7-Eleven ਹੋਇਆ, ਰੈਸਟੋਰੈਂਟ ਹੋਇਆ, ਸੋ ਮੈਨੀ ਥਿੰਗ ਸੋ ਓਨ। ਅੱਛਾ, ਹੁਣ ਤੁਸੀਂ ਕੀ ਹੁੰਦਾ ਹੈ ਕਿ ਹਸਬੈਂਡ ਜਿਹੜਾ ਹੈ ਮੋਸਟ ਆਫ ਦ ਟਾਈਮ ਇਕੱਲੇ ਓਨਰ ਹੁੰਦੇ ਨੇ ਜਾਂ ਉਹ ਕਿਸੇ ਦੇ ਨਾਲ ਪਾਰਟਨਰ ਹੁੰਦੇ ਨੇ, ਹਾਂਜੀ, ਥਰਡ ਪਾਰਟੀ ਵੀ ਹੋ ਸਕਦੀ ਹੈ। ਅੱਛਾ, ਹੁਣ ਤੁਸੀਂ ਜੇ ਤੁਹਾਨੂੰ ਕੁਛ ਹੋ ਜਾਏ, ਤੁਹਾਡੀ ਵਾਈਫ ਨੂੰ ਪਹਿਲੀ ਗੱਲ ਕੋਈ ਪਤਾ ਨਹੀਂ ਕਿ ਤੁਹਾਡੀ ਪਰਸੈਂਟੇਜ ਕਿੰਨੀ ਹੈ, ਜੇ ਪਤਾ ਵੀ ਹੈ ਸ਼ੀ ਕੈਨ ਨਾਟ ਡੂ ਐਨੀਥਿੰਗ। ਅੱਛਾ, ਕਿਉਂਕਿ ਸ਼ੀ ਇਜ਼ ਨਾਟ ਪਾਰਟ ਆਫ ਦ ਬਿਜ਼ਨਸ, ਸੋ ਉਸ ਨੂੰ ਕਰਨ ਦੇ ਲਈ ਦੈਨ ਵੀ ਜਿਹੜੀ ਅਸਟੇਟ ਪਲੈਨਿੰਗ ਹੈ ਨਾ, ਜਿਹਦੀ ਅਸੀਂ ਗੱਲ ਕਰਦੇ ਹਾਂ, ਜਿਹਨੂੰ ਅਸੀਂ ਟਰੱਸਟ ਐਗਰੀਮੈਂਟ ਕਰਦੇ ਹਾਂ, ਅਸੀਂ ਬਿਜ਼ਨਸ 'ਚ ਕੀ ਕਰਦੇ ਹਾਂ ਕਿ ਜਿਹੜੀ ਉਹਨਾਂ ਦੀ ਕਾਰਪੋਰੇਸ਼ਨ ਹੁੰਦੀ ਹੈ ਜਾਂ LLC ਹੁੰਦੀ ਹੈ, ਉਸ ਨੂੰ ਅਮੈਂਡ ਕਰ ਦਿੰਦੇ ਹਾਂ। ਅਮੈਂਡ ਕਰਕੇ ਉਸਨੂੰ ਅਸੀਂ ਕਹਿ ਦਿੰਦੇ ਹਾਂ ਕਿ ਅੱਜ ਤੋਂ ਬਾਅਦ ਮੈਂ ਆਪਣਾ ਸ਼ੇਅਰ ਜਿਹੜਾ ਹੈ ਮੇਰਾ ਬਿਜ਼ਨਸ ਦਾ, ਮੈਂ ਆਪਣੇ ਟਰੱਸਟ ਨੂੰ ਅਸਾਈਨ ਕਰਦਾ। ਓਕੇ, ਜਿਸ ਵੇਲੇ ਟਰੱਸਟ ਨੂੰ ਉਹਨਾਂ ਦਾ ਸ਼ੇਅਰ ਅਸਾਈਨ ਹੋ ਗਿਆ, ਜੇ ਉਹ ਨਹੀਂ ਰਹੇ ਤਾਂ ਟਰੱਸਟ ਇਜ਼ ਦੀ ਓਨਰ। ਸੋ ਉਹ ਦੂਸਰੇ ਜਿਹੜਾ ਟਰੱਸਟ ਦਾ ਓਨਰ ਕੌਣ ਹੈ? ਤੁਹਾਡੀ ਵਾਈਫ ਹੈ ਦੂਸਰੇ ਪਾਸੇ। ਸੋ ਸ਼ੀ ਕੈਨ, ਹਾਂਜੀ, ਔਰ ਦੈਨ ਯੂ ਕੈਨ ਆਲਸੋ ਗਿਵ ਦ ਪਾਵਰ ਆਫ ਅਟਰਨੀ, ਜਿਹੜੀ ਅਸੀਂ ਹੁਣੇ ਗੱਲ ਕੀਤੀ ਹੈ। ਸੋ ਇਫ ਯੂ ਗਿਵ ਅ ਪਾਵਰ ਆਫ ਅਟਰਨੀ, ਸੋ ਸ਼ੀ ਕੈਨ ਮੈਨੇਜ ਉਹਨਾਂ ਦੇ ਅਫੇਅਰ। ਹਾਂ, ਕਿਉਂਕਿ ਨਹੀਂ, ਦੇਖੋ ਮੋਸਟ ਆਫ ਦ ਟਾਈਮ ਤੁਸੀਂ ਦੇਖੋ ਫੈਮਿਲੀ ਓਨ ਬਿਜ਼ਨਸ ਹੁੰਦੇ ਨੇ ਐਂਡ ਪਾਰਟਨਰਸ ਨਾਲ, ਪਾਰਟਨਰਸ ਹੁੰਦੇ ਆ। ਉਹ ਪਿੱਛੇ ਹੀ ਦੇਖਿਆ ਹੈ ਕਿ ਕਿਸੇ ਕੋਈ, ਉਹ ਤਾਂ ਫਿਰ ਤੁਸੀਂ ਬਿਲਕੁਲ ਡਿਪੈਂਡ ਕਰ ਗਏ ਕਿ ਤੁਹਾਡਾ ਪਾਰਟਨਰ ਕਿੰਨਾ ਅੱਛਾ ਹੈ ਕਿੰਨਾ ਨਹੀਂ ਹੈ। ਅਗਰ ਤੁਸੀਂ ਨਹੀਂ ਕੁਝ ਕੀਤਾ ਹੋਇਆ, ਦੈਨ ਯੂ ਜਸਟ ਡਿਪੈਂਡਿੰਗ ਔਨ ਬਲਾਈਂਡਲੀ। ਉਹ ਵੀ ਜਿੰਨਾ ਮਰਜ਼ੀ ਅੱਛਾ ਵੀ ਹੋਏ, ਤੁਹਾਨੂੰ ਥੋੜਾ ਰਹੇਗਾ ਹੀ ਕਿ ਪਤਾ ਨਹੀਂ ਕਿਹੜੀ ਚੀਜ਼ ਉਹਨਾਂ ਨੇ ਕੀਤੀ ਹੈ। ਦੇਖੋ, ਸਾਡੇ ਆਫਿਸਿਸ ਦੇ ਵਿੱਚ ਰੋਜ਼ ਕਾਲਾਂ ਆਉਂਦੀਆਂ ਕਿ ਜੀ ਸਾਡੀ ਆਪਸ ਲੜਾਈ ਹੋ ਗਈ। ਅੱਛਾ, ਡਾਕੂਮੈਂਟ ਬਣੇ ਨਹੀਂ ਹੁੰਦੇ। ਅੱਛਾ, ਹੁਣ ਤੁਸੀਂ ਜਿਹੜਾ ਮਿਊਚੁਅਲੀ, ਦੇਖੋ ਹੈਂਡਸ਼ੇਕ ਕਰਕੇ ਜਿਹੜਾ ਹੈ ਨਾ, ਅੱਜ ਕੱਲ੍ਹ ਦੇ ਜ਼ਮਾਨੇ 'ਚ ਨਹੀਂ ਚੱਲਦਾ। ਯੂ ਹੈਵ ਟੂ ਹੈਵ ਏ ਪ੍ਰੋਪਰ ਪਾਰਟਨਰਸ਼ਿਪ ਐਗਰੀਮੈਂਟ, ਪ੍ਰੋਪਰ ਸ਼ੇਅਰ ਹੋਲਡਰ ਐਗਰੀਮੈਂਟ, ਵਟ ਐਵਰ ਦ ਡਾਕੂਮੈਂਟਸ ਯੂ ਹੈਵ। ਨਹੀਂ, ਕਈ ਜਿਹੜੇ ਹੈ ਕਹਿਣਗੇ ਵੀ ਕਿ ਕਈ ਚੱਲ ਰਹੇ ਹੈ ਯੂ ਨੋ ਹੈਂਡਸ਼ੇਕ 'ਤੇ ਜਾਂ ਵਰਡ ਆਫ ਮਾਊਥ 'ਤੇ, ਪਰ ਉਹ ਅੱਗੇ ਕਿਸੇ ਨੂੰ ਨਹੀਂ ਨਾ ਪਤਾ। ਪ੍ਰੋਬਲਮ ਉਦੋਂ ਆਉਂਦੀ ਹੈ ਨਾ, ਦੇਖੋ ਜਿਸ ਵੇਲੇ ਤੱਕ ਤਾਂ ਚੱਲਦਾ ਰਹਿੰਦਾ, ਪ੍ਰੋਬਲਮ ਉਸ ਵੇਲੇ ਆਉਂਦੀ ਹੈ ਜਦੋਂ ਇੱਕ ਨਹੀਂ ਰਹਿੰਦਾ, ਜੇ ਦੂਸਰਾ ਪਾਰਟਨਰ ਹੈ, ਇਟ ਮੇ ਬੀ ਪੋਸੀਬਲ ਟਰਾਈ ਟੂ ਟੇਕ ਓਵਰ, ਕਿਉਂਕਿ ਉਹਨਾਂ ਨੂੰ ਪਤਾ ਕਿ ਫੈਮਿਲੀ, ਕਿਸੇ ਨੂੰ ਤਾਂ ਪਤਾ ਹੀ ਨਹੀਂ ਕਿ ਇਹਦੇ ਕੋਲ 10% ਸ਼ੇਅਰ ਹੈ ਕਿ 50% ਸ਼ੇਅਰ। ਜੇ ਪਤਾ ਵੀ ਹੈ, ਡਾਕੂਮੈਂਟ ਕਿੱਥੇ? That's so, yeah. Please protect yourself, chahe tode ko business hai, chahe tode ko personal assets ne, kuch bhi hai, best part it depend karda hai je tode kol good assets ne, jehde ke sadi community ch mostly hunde ne, bilkul theek hai na, mehnat kiyan ne ji। So is karke main recommend karunga, tonu request karunga ke please talk to your attorney of your choice, jithe toda trust hai, aur us te tusi will and trust estate planning jinu assi kehne hai sahi lafzan de vich, oh todi health vi take care kardi hai, wealth vi take care kardi hai। So please make this document and protect yourself first, ਉਦੋਂ ਬਾਅਦ ਪ੍ਰੋਟੈਕਟ ਤੁਹਾਡੇ ਚਿਲਡਰਨਸ। ਥੋੜ੍ਹੇ ਜਿਹੇ ਹੋਰ ਸਵਾਲ ਹੈ ਔਰ ਨਾਲ ਹੀ ਕੁਛ ਕਾਲਸ ਆ ਰਹੀਆਂ, ਜ਼ਰੂਰ ਲਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਵੈਲਕਮ ਬੈਕ ਲੈਟਸ ਟੇਕ ਸਮ ਕਾਲਸ ਪੰਡਾਰੀ ਜੀ ਜੀ ਬਿਲਕੁਲ ਸੋ ਦੈਟ ਯੂ ਨੋ ਸਾਨੂੰ ਪਤਾ ਲੱਗੇ ਕਿ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲ ਰਹੇ ਹੋ ਮੇਰਾ ਨਾਮ ਆਸਿਫ ਆ ਤੇ ਵਕੀਲ ਸਾਹਿਬ ਨਾਲ ਗੱਲ ਹੋ ਸਕਦੀ ਜ਼ਰੂਰ ਹੋ ਸਕਦੀ ਹੈ ਜੀ ਬਿਲਕੁਲ ਤੁਹਾਡੇ ਨਾਲ ਬੈਠੇ ਨੇ ਤੇ ਤੁਸੀਂ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਉਹ ਸਰ ਜੀ ਇਹ ਦੱਸੋ ਕਿ ਅਸੀਂ ਡੀਡ ਬਣਾਉਣਾ ਚਾਹੁੰਦੇ ਹਾਂ ਡੀਡ ਕਿ ਵਿਲ ਸਾਡੇ ਕੋਲ ਅਪਾਰਟਮੈਂਟ ਹੈ ਕੋਆਪ ਅੱਛਾ ਕਿੱਥੇ ਰਹਿੰਦੇ ਹੋ ਤੁਸੀਂ ਤੁਹਾਡੇ ਕੋਲ ਕਿੰਨੇ ਐਸੈਟਸ ਨੇ ਤੁਹਾਡੇ ਬੱਚੇ ਕਿੰਨੇ ਨੇ ਉਹਦੇ ਮੁਤਾਬਕ ਫਿਰ ਤੁਹਾਨੂੰ ਪ੍ਰੋਪਰਲੀ ਉਹ ਰਿਕਮੈਂਡ ਕਰਨਗੇ ਕਿ ਤੁਹਾਨੂੰ ਕਿਹੜਾ ਡਾਕੂਮੈਂਟ ਚਾਹੀਦਾ ਕਿਉਂਕਿ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਏਜ ਦੇ ਮੁਤਾਬਕ ਅਸੀਂ ਡੈਫੀਨੇਟਲੀ ਰਿਕਮੈਂਡ ਕਰਦੇ ਹਾਂ ਕਿ ਤੁਹਾਡੇ ਕੋਲ ਮੈਡੀਕਲ ਪਾਵਰ ਆਫ ਅਟਰਨੀ ਵੀ ਹੋਣੀ ਚਾਹੀਦੀ ਹੈ ਮੈਡੀਕਲ ਵਿਲ ਵੀ ਹੋਣੀ ਚਾਹੀਦੀ ਹੈ ਹਾਂਜੀ ਲਿਵਿੰਗ ਵਿਲ ਵੀ ਹੋਣੀ ਚਾਹੀਦੀ ਅਤੇ ਰੈਗੂਲਰ ਵਿਲ ਵੀ ਹੋਣੀ ਚਾਹੀਦੀ ਹੈ ਸੋ ਇਸ ਉਹ ਜਿਹੜੇ ਇਹ ਤਿੰਨ ਡਾਕੂਮੈਂਟ ਤਾਂ ਤੁਹਾਡੇ ਕੋਲ ਨਾਲ ਨਾਲ ਪਾਵਰ ਆਫ ਅਟਰਨੀ ਰੈਗੂਲਰ ਪਾਵਰ ਆਫ ਅਟਰਨੀ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਹੈ ਉਹ ਸਿਕਿਓਰ ਹੋ ਜਾਂਦੇ ਆ ਕਿਉਂਕਿ ਜੇ ਤੁਹਾਨੂੰ ਕੁਛ ਹੋ ਜਾਏ ਤਾਂ ਤੁਸੀਂ ਜੇ ਖੁਦਾ ਨਾ ਖਾਸਤਾ ਹੋਸਪਿਟਲ ਵਗੈਰਾ ਚਲੇ ਜਾਓ ਤਾਂ ਉਹਨਾਂ ਕੋਲ ਕੰਟਰੋਲ ਰਹਿੰਦਾ ਤੁਹਾਡਾ ਕਿ ਦੇ ਕੈਨ ਡਿਸਾਈਡ ਕਿ ਉਹਨਾਂ ਨੇ ਕੀ ਕਰਨਾ ਹੈ ਦੇਖੋ ਇਹ ਚੀਜ਼ ਤਾਂ ਮੈਂ ਡਿਸਕਸ ਨਹੀਂ ਕਰ ਸਕਦਾ ਟੈਲੀਵਿਜ਼ਨ 'ਤੇ ਲੇਕਿਨ ਤੁਹਾਨੂੰ ਜਿਸ ਵੇਲੇ ਤੁਸੀਂ ਮਿਲੋਗੇ ਉਹਨਾਂ ਨੂੰ ਜਿਹੜੇ ਵੀ ਤੁਸੀਂ ਅਟਰਨੀ ਚੂਜ਼ ਕਰੋਗੇ ਮੈਂ ਨਿਊਯਾਰਕ ਦੇ ਵਿੱਚ ਕੰਮ ਨਹੀਂ ਕਰਦਾ ਮੈਂ ਤਾਂ ਇੱਥੇ ਤੁਹਾਡੀ ਖਿਦਮਤ 'ਚ ਆਇਆ ਅਵੇਅਰਨੈਸ ਪ੍ਰੋਗਰਾਮ ਤੁਹਾਨੂੰ ਅਵੇਅਰ ਕਰਾਉਣ ਦੇ ਲਈ ਕਿ ਇਹ ਚੀਜ਼ ਨੂੰ ਬਣਾਓ ਮੈਂ ਵਾਸ਼ਿੰਗਟਨ ਡੀਸੀ ਏਰੀਆ ਸਭ ਆਈ ਥਿੰਕ ਫੀਸ ਵੀ ਇੱਕ ਨਹੀਂ ਹੁੰਦੀ ਹੋਣੀ ਡਿਪੈਂਡ ਕਰਦਾ ਤੁਹਾਡੇ ਐਸੈਟਸ ਕਿੰਨੇ ਆ ਹਾਂਜੀ ਤੁਹਾਡਾ ਕਿੰਨਾ ਕੁ ਲੰਬਾ ਚੌੜਾ ਕੰਮ ਹੈਗਾ ਉਸ ਹਿਸਾਬ ਤੇ ਡਿਪੈਂਡ ਕਰਦਾ ਲੇਕਿਨ ਮੈਂ ਇੱਕ ਚੀਜ਼ ਕਵਾਂਗਾ ਚਾਹੇ ਫੀਸ ਜੋ ਵੀ ਹੈ ਤੁਸੀਂ ਜਦੋਂ ਬਣਾਓਗੇ ਤੁਹਾਡੇ ਬੱਚੇ ਦੁਆਵਾਂ ਦੇਣਗੇ ਹਾਂਜੀ ਵੈ ਤਾਂ ਬੜੀ ਅੱਛੀ ਗੱਲ ਏ ਤੇ ਤੁਸੀਂ ਆਪਣਾ ਨੰਬਰ ਦੇ ਛੱਡੋ ਸਾਨੂੰ ਉਥੋਂ ਦਾ ਵਾਸ਼ਿੰਗਟਨ ਦਾ ਇਸ ਪ੍ਰੋਫੈਸ਼ਨ 'ਚ ਖਾਸ ਤੌਰ 'ਤੇ ਇਸੀ ਹਰ ਸਟੇਟ ਦੇ ਅਲੱਗ ਲਾਇਸੈਂਸਿੰਗ ਹਾਂਜੀ ਹਾਂਜੀ ਲਾਈਕ ਤੁਹਾਨੂੰ ਕੋਈ ਨਿਊਯਾਰਕ ਦਾ ਹੀ ਦੇਖਣਾ ਪਏਗਾ ਲਾਈਕ ਲੋਕਲ ਬੰਦਾ ਚਾਹੀਦਾ ਹਾਂਜੀ ਬਿਲਕੁਲ ਤੁਹਾਨੂੰ ਲੋਕਲ ਦੇਖਣਾ ਹਾਂਜੀ ਸੋ ਥੈਂਕ ਯੂ ਸੋ ਮਚ ਫॉर ਕਾਲਿੰਗ ਜੀ ਔਰ ਬਹੁਤ ਹੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਭੰਡਾਰੀ ਸਾਹਿਬ ਦੀ ਕਿ ਕੋਈ ਉਸ ਤਰ੍ਹਾਂ ਜਿਹੜਾ ਨਾ ਪਰਸਨਲ ਲਾਲਚ ਕਰਕੇ ਨਹੀਂ ਅੱਜ ਇੱਥੇ ਆਏ ਹੋਏ ਜੀ ਬਿਲਕੁਲ ਬੇਸਿਕਲੀ ਕਿ ਤੁਸੀਂ ਸਾਰੇ ਇਹ ਚੀਜ਼ ਨੂੰ ਸਮਝੋ ਕਿ ਕਿੰਨਾ ਜ਼ਰੂਰੀ ਹੈ ਕਿੰਨਾ ਜ਼ਰੂਰੀ ਹੈ ਕਿ ਅਸੀਂ ਵਿਲ ਟਰਸਟ ਜ਼ਰੂਰ ਬਣਾਈਏ ਨਹੀਂ ਤਾਂ ਸਾਡੇ ਕਮਿਊਨਿਟੀ ਇੰਨੀ ਮਿਹਨਤ ਕਰਦੀ ਪਈ ਹੈ ਐਸੈਟਸ ਬਣਾ ਰਹੀ ਹੈ ਵੈਲਥ ਇਕੱਠੀ ਕਰ ਰਹੀ ਹੈ ਤਾਂ ਐਵੇਂ ਨਾ ਬੇਕਾਰ ਜਾਏ ਔਰ ਫਿਰ ਖੱਜਲ ਹੋਣਾ ਉਹੀ ਫੈਮਿਲੀਜ਼ ਨੂੰ ਅਸੀਂ ਕਹਿੰਦੇ ਹਾਂ ਸੁੱਖ ਦਈਏ ਤੇ ਉੱਪਰੋਂ ਹੋਰ ਇਹ ਨਾ ਹੋਏ ਕਿ ਉਹ ਖੱਜਲ ਹੋਏ ਸੋ ਲੈਟ ਮੀ ਟੇਕ ਵਨ ਮੋਰ ਕਾਲ ਹੈਲੋ ਹੈਲੋ ਅਰਵਿੰਦ ਜੀ ਹਾਂਜੀ ਹਾਂਜੀ ਸੁਰਜੀਤ ਜੀ ਬੜਾ ਬੜਾ ਪਿਆਰ ਤੁਹਾਨੂੰ ਹਰ ਵਾਰ ਕਰਦਾ ਤੁਹਾਨੂੰ ਡਾਕਟਰ ਨਹੀਂ ਵਕੀਲ ਸਾਹਿਬ ਹਾਂਜੀ ਅੱਛਾ ਜੀ ਤਾਂ ਥੈਂਕ ਯੂ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਥੈਂਕ ਯੂ ਤੇ ਮੇਰਾ ਤਾਂ ਆਪ ਜਮਾਈ ਇੱਕ ਵਕੀਲ ਸੀ ਤੇ ਮੇਰਾ ਦੋਤਾ ਵਕੀਲੀ ਦਾ ਕੋਰਸ ਕਰਦਾ ਹੋਣਾ ਆਪਣੇ ਆਪਣੇ ਆਈ ਲੈਵਲ ਨਹੀਂ ਬਹੁਤ ਵਧੀਆ ਸੁਰਜੀਤ ਜੀ ਮੇਰੇ ਤਾਂ ਅੱਧੇ ਫੈਮਿਲੀ ਡਾਕਟਰ ਆ ਤੇ ਦੇਖੋ ਮੈਂ ਬੜਾ ਕੋਈ ਜ਼ਿਆਦਾ ਪੜ੍ਹੀ ਨਹੀਂ ਮੈਂ ਆਪਦੇ ਆਪ ਹੀ ਬਣਾਇਆ ਸਾਰੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਾਂ ਉਹਨਾਂ ਦੇ ਪਿਓ ਉਹਨਾਂ ਦੇ ਨਾਲ ਤੇ ਤੁਹਾਨੂੰ ਬੜਾ ਪਿਆਰ ਆਦਾ ਕਰਦਾ ਜਿਉਂਦੇ ਵਾਦੇ ਰਹੋ ਮੇਰੀ ਧੀ ਤੇ ਮੇਰੇ ਪੁੱਤ ਥੈਂਕ ਯੂ ਸੋ ਮਚ ਜੀ ਐਪਰੀਸ਼ੀਏਟ ਤੁਸੀਂ ਇੰਨਾ ਪਿਆਰ ਦਿੰਦੇ ਹੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਮੈਂ ਡੀਸੀ ਵਾਸ਼ਿੰਗਟਨ ਤੋਂ ਬੋਲ ਰਹੀ ਹਾਂ ਜੀ ਜੀ ਦੱਸੋ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਸੀ ਵੀ ਮੈਂ ਹਜੇ ਤੱਕ ਅਸੀਂ ਕੋਈ ਬਿੱਲ ਨਹੀਂ ਬਣਾਈ ਠੀਕ ਹੈ ਤੇ ਵੀ ਹੈਵ ਯੂ نو ਐਸੈਟਸ ਜੀ ਬਿਲਕੁਲ ਤੁਸੀਂ ਹਾਂ ਤੁਸੀਂ ਆਪਣਾ ਮੇਰੇ ਆਫਿਸ ਕਾਲ ਕਰ ਲੈਣਾ ਮੈਂ ਤੁਹਾਨੂੰ ਡੈਫੀਨੇਟਲੀ ਫੋਨ 'ਤੇ ਵੀ ਤੁਹਾਨੂੰ ਐਡਵਾਈਸ ਕਰਦਾਂਗਾ ਵੈਸੇ ਜੇ ਤੁਸੀਂ ਮਿਲਣਾ ਚਾਹੋਗੇ ਯੂ ਮੋਸਟ ਵੈਲਕਮ ਮੇਰਾ ਫੋਨ ਨੰਬਰ ਉੱਥੋਂ ਦਾ ਹੈ 703 ਇੱਕ ਮਿੰਟ ਹਾਂਜੀ ਹਾਂ ਲਿਖ ਲਓ ਸ਼ੋ ਸੋ ਬਹੁਤ ਅੱਛੀ ਗੱਲ ਹੈ ਡੀਸੀ ਦੇ ਵਿੱਚੋਂ ਸਾਡੇ ਐਕਚੁਅਲੀ ਸਾਰੇ ਵਿਊਅਰਸ ਜਿਹੜੇ ਆਲ ਓਵਰ ਯੂ ਐਸ ਹੈਗੇ ਹੈ ਬਟ ਮੋਸਟਲੀ ਜਿਹੜੇ ਨਾ ਸਮਝਦੇ ਹੈ ਕਿ ਹਰ ਸਟੇਟ ਦੇ ਵਿੱਚ ਤੁਹਾਡੇ 703 ਹਾਂਜੀ 941 1850 ਤੋਂ ਤੁਹਾਡਾ ਨਾਮ ਜੀ ਮੇਰਾ ਨਾਮ ਰਾਜਾ ਭੰਡਾਰੀ ਜੀ ਰਾਜਾ ਬਹੁਤ ਵਧੀਆ ਸਾਰੇ ਵੀ ਵਰਜੀਨੀਆ ਯੂ نو ਵਾਸ਼ਿੰਗਟਨ ਡੀਸੀ ਦੇ ਹੈਗੇ ਆ ਜੀ
ਭੰਡਾਰੀ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਵਾਸਤੇ ਟਾਈਮ ਕੱਢਦੇ ਪਿਓ ਔਰ ਮੈਨੂੰ ਪਤਾ ਹੈ ਕਿ ਤੁਸੀਂ ਅਦਰਵਾਈਜ਼ ਵੀ ਬੜੇ ਸੈਮੀਨਾਰਸ ਵਗੈਰਾ ਕਰਦੇ ਹੋ ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਜੀ ਬਿਲਕੁਲ ਮੈਨੂੰ ਆਲਮੋਸਟ 25 ਸਾਲ ਹੋ ਗਏ ਆਈ ਮੀਨ ਮੈਂ ਗੁਰਦੁਆਰਾ ਸਾਹਿਬ ਜਾ ਕੇ ਡਿਫਰੈਂਟ ਡਿਫਰੈਂਟ ਆਰਗਨਾਈਜੇਸ਼ਨ ਦੇ ਵਿੱਚ ਜਾ ਕੇ ਲੋਕਾਂ ਨੂੰ ਆਪਣੀ ਕਮਿਊਨਿਟੀ ਨੂੰ ਖਾਸ ਕਰਕੇ ਐਜੂਕੇਟ ਕਰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਤੁਹਾਨੂੰ ਬਾਬਾ ਜੀ ਦੇ ਰਹੇ ਨੇ ਬਹੁਤ ਕੁਛ ਦੇ ਰਹੇ ਨੇ ਹੋਰ ਵੀ ਦੇਣਗੇ ਲੇਕਿਨ ਮੇਰਾ ਹੁਣ ਫਰਜ਼ ਬਣਦਾ ਕਿ ਮੈਂ ਵਾਪਸ ਕਮਿਊਨਿਟੀ ਨੂੰ ਦੇਣਾ ਔਰ ਮੈਂ ਇਸੇ ਤਰੀਕੇ ਨਾਲ ਦੇ ਸਕਦਾ ਜੋ ਮੈਨੂੰ ਆਉਂਦਾ ਤੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪਲੀਜ਼ ਇਹਦੇ ਵੱਲ ਥੋੜ੍ਹਾ ਜਿਹਾ ਖਿਆਲ ਕਰੋ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰੋ ਆਪਣੇ ਬੱਚਿਆਂ ਨੂੰ ਵੀ ਪ੍ਰੋਟੈਕਟ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਜਿਹੜੇ ਬੱਚੇ ਨੇ ਖੁਦਾ ਨਾ ਖਾਸਤਾ ਤੁਹਾਨੂੰ ਕੁਛ ਹੋ ਜਾਂਦਾ ਹੈ ਤਾਂ ਉਹ ਕੋਰਟ ਦੇ ਵਿੱਚ ਧੱਕੇ ਨਾ ਖਾਣ ਬਿਲਕੁਲ ਔਰ ਗੁਣਗਾਨ ਕਿ ਹਾਂਜੀ ਥੋੜਾ ਥੋੜਾ ਹੋਏ ਜ਼ਿਆਦਾ ਹੋਏ ਉਹਨਾਂ ਨੂੰ ਆਰਾਮ ਨਾਲ ਮਿਲੇ ਬਿਲਕੁਲ ਸਹੀ ਗੱਲ ਜੀ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇੰਨਾ ਕੁਛ ਜਾਣ ਕੇ ਮੈਂ ਬਹੁਤ ਕੁਛ ਨਵੀਆਂ ਚੀਜ਼ਾਂ ਜਾਣੀਆਂ ਮਤਲਬ ਮੈਨੂੰ ਵੀ ਇਸ ਚੀਜ਼ ਬਾਰੇ ਜ਼ਿਆਦਾ ਨਹੀਂ ਪਤਾ ਸੀ ਵਿਲ ਐਂਡ ਟਰੱਸਟ ਬਸ ਸੋ ਆਈ ਐਮ ਸ਼ੋਰ ਕਿ ਮੇਰੇ ਵਰਗੇ ਹੋਰ ਬੜੇ ਮੇਰੇ ਵਿਊਅਰਸ ਹੈਗੇ ਹੈ ਸੋ ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ